ਇਹ ਡੀ ਵੱਡੀ ਫਿਲਮ ਇੰਡਸਟਰੀ ਦੇ ਵਿੱਚੋਂ ਤੁਸੀਂ ਤੇ ਮੈਨੂੰ ਕਿਤੇ ਬੌਂਸਰ ਬੌਂਸਰ ਦੇਸੀ ਨਹੀਂ ਰਿਹਾ ਤੁਹਾਡੇ ਵਾਲੇ ਵਾਲੇ ਤੁਹਾਡਾ ਕੋਈ ਬੌਂਸਰਾਂ ਦੀ ਲੋੜ ਆਪਾਂ ਨੂੰ ਬਾਰਡਰ ਦੇ ਵਿੱਚ ਐਂਟਰੀ ਕਿਵੇਂ ਹੁੰਦੀ ਆ ਤੁਹਾਡੀ ਕਿਵੇਂ ਬਣਿਆ ਸੀ ਸੁਭਬ ਵੀ ਹਾਂ ਮਹਾਵੀਰ ਭੁੱਲਰ ਦੀ ਗੱਲਬਾਤ ਹੁੰਦੀ ਆ ਤੇ ਇੱਕ ਪੰਜਾਬੀ ਚਿਹਰਾ ਇਸ ਦੇ ਵਿੱਚ ਉਸ ਸਾਈਡ ਦੇ ਉੱਤੇ ਕੈਮਰਾ ਸੀ ਇਧਰ ਸੰਨੀ ਖੜਾ ਇਧਰ ਅਕਸ਼ੈ ਔਰ ਮੈਂ ਇੱਥੇ ਖੜਾ ਬੜਾ ਲੋਕਾਂ ਨੇ ਦਿਲਾਂ ਤੇ ਵਸਾਇਆ ਸੀ ਸੰਦੇਸ਼ੇ ਆਤੇ ਹਨ ਹਮੇ ਬੁਲਾਤੇ ਹਨ ਘਰ ਕਾਬਾ ਹੋ ਗਈ ਜੀ ਜੀ ਚਿੱਠੀ ਆਤੀ ਹੈ ਉਹਨਾਂ ਦਿਨਾਂ ਦੇ ਵਿੱਚ ਐਂਟੀਨੇ ਹੁੰਦੇ ਸੀਗੇ ਸਾਡੇ ਵੇਲੇ ਮੌਕੇ ਬਹੁਤ ਘੱਟ ਸੀਗੇ ਜੀ ਹੁਣ ਅੱਜ ਵਾਲੇ ਜਿਹੜੇ ਐਕਟਰ ਆ ਉਹਨਾਂ ਕੋਲ ਮੌਕੇ ਜ਼ਿਆਦਾ ਉਹ ਮਤਲਬ ਇੱਕ ਦੌਰ ਦੀ ਗੱਲ ਸੀ ਬਿਕਾਜ਼ ਸੰਨੀ ਦਾ ਅੱਛਾ ਟਾਈਮ ਗਾਇਲ ਤੋਂ ਬਾਅਦ ਚੱਲ ਰਿਹਾ ਸੀਗਾ ਹਮ ਮੂਸਾ ਜੱਟ ਫਿਲਮ ਦੀ ਮੈਂ ਗੱਲ ਕਰਨੀ ਚਾਹਾਂਗਾ ਕਿਵੇਂ ਬਣਿਆ ਸੀ ਸਵਾਬ ਸਿੱਧੂ ਨਾਲ ਜਿਹੜੀਆਂ ਮੈਂ ਚਾਹਣਾ ਥੋੜੀਆਂ ਜਿਹੀਆਂ ਯਾਦਾਂ ਸਾਂਝੀਆਂ ਕਰੀਏ ਆਪਾਂ ਉਸ ਫਿਲਮ ਦੀਆਂ ਉਸ ਸੈਟ ਦੀਆਂ ਉਹਦੇ ਹੱਥ 'ਚ ਡੰਡਾ ਹੁੰਦਾ ਸੀ ਉਹ ਬਾਕਾਇਦਾ ਕਰਾਊਡ ਨੂੰ ਕੰਟਰੋਲ ਕਰਦੇ ਪੁਲਿਸ ਵਾਂਗੂ ਹੀ ਔਰ ਕੋਈ ਬੁਰਾ ਨਹੀਂ ਸੀ ਮੰਨਦਾ ਮਤਲਬ ਪਛਾਣ ਵਰ ਜਾਣਾ ਸਾਡੀ ਦੋਵਾਂ ਭਰਾਵਾਂ ਦੀ 56 ਕਿਲੇ ਜ਼ਮੀਨ ਸੀਗੀ ਉਹ ਮੈਂ ਆਪ ਹੀ ਵਾਈ ਸਾਰੀ ਆ ਕੇ ਜਿਹੜੀ ਵੀ ਸੀ ਸਟਿੱਕੇ ਦੇ ਨਜ਼ਨੇ ਸੋਨਾਂ ਤੋਂ ਲੈ ਲਈ 15-20 ਪਸ਼ੂ ਸੀਗੇ ਪ੍ਰੈਸ ði ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਡੇਲੀ ਆਵਾਜ਼ ਫਿਲਮ ਇੰਡਸਟਰੀ ਦਾ ਸਾਹਸਵਾਰ ਮਹਾਬੀਰ ਭੁੱਲਰ ਮਹਾਬੀਰ ਭੁੱਲਰ ਨਸ਼ੀਰੁਦੀਨ ਸਾਹ ਤੇ ਓਮਪੁਰੀ ਵਰਗਿਆਂ ਦੀ ਪਹਿਲੀ ਪਸੰਦ ਸੀ ਇਹ ਪਿੰਡੂ ਕਿਸਾਨ ਐਕਟਰ ਪੰਜਾਬ ਦੇ ਮਾਝੇ ਨਾਲ ਸੰਬੰਧਿਤ ਮਹਾਬੀਰ ਭੁੱਲਰ ਨੇ ਫਿਲਮਾਂ ਦੇ ਵਿੱਚ ਐਸੀ ਸ਼ਾਪ ਛੱਡੀ ਕਿ ਸਣੀ ਦੇ올 ਦੀ ਬਾਰਡਰ ਤੇ ਹੋਰ ਬਹੁਤ ਸਾਰੀਆਂ ਚਰਚਿਤ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਇਸ ਪੰਜਾਬ ਦੇ ਪੁੱਤਰ ਨੇ ਸਿੱਧੂ ਮੂਸੇਵਾਲੇ ਦੀ ਮੂਸਾ ਜੱਟ ਤੱਕ ਤੇ ਉਸ ਤੋਂ ਬਾਅਦ ਅੱਜ ਤੱਕ ਲਗਾਤਾਰ ਕੰਮ ਕਰਨ ਕਰਕੇ ਪੂਰੀ ਟੌਰ ਰੱਖੀ ਹੈ ਫਿਲਮਾਂ ਦੇ ਵਿੱਚ ਮਹਾਬੀਰ ਭੁੱਲਰ ਦਾ ਅੰਦਾਜ਼ ਬਖਰਾ ਉਹਦਾ ਸੁਭਾਅ ਬੜਾ ਡਾਡਾ ਸਭ ਨੂੰ ਉੱਡ ਕੇ ਮਿਲਣਾ ਸਭ ਦੀ ਕਦਰ ਕਰਨਾ 35 36 ਕਿੱਲੇ ਦੀ ਖੇਤੀ 16 17 ਮੱਜਾਂ ਨੂੰ ਪਾਲਦਾ ਇਹ ਬੰਬੇ ਦੀ ਫਿਲਮ ਨਗਰੀ ਦਾ ਐਕਟਰ ਅੱਜ ਵੀ ਪਿੰਡ ਦੇ ਵਿੱਚ ਰਹਿੰਦਾ ਹੈ ਜਦੋਂ ਝੰਡੀਆਂ ਲੱਗਣੀਆਂ ਸਪੀਕਰਾਂ ਤੇ ਬੋਲਣਾ ਤੇ ਐਡਵਾਂਸ ਟਿਕਟਾਂ ਵਿਕਣੀਆਂ ਤੇ ਟਿਕਟਾਂ ਬਲੈਕ ਵਿਕਣੀਆਂ ਉਹਨਾਂ ਸਮਿਆਂ ਵਿੱਚ ਵੀ ਫਿਲਮਾਂ ਦੇ ਵਿੱਚ ਪੂਰੀ ਝੰਡੀ ਸੀ ਮਹਾਵੀਰ ਪੁੱਲਰ ਦੀ ਅੱਜ ਦੀ ਮੁਲਾਕਾਤ ਪੰਜਾਬ ਦੇ ਇਸ ਪੁੱਤਰ ਦੇ ਨਾਲ ਹੋਵੇਗੀ ਕਿਹੋ ਜੀ ਜ਼ਿੰਦਗੀ ਜਿਉਂਦਾ ਮਹਾਵੀਰ ਪੁੱਲਰ ਵੇਖਣ ਦੇ ਲਈ ਤੁਸੀਂ ਪੂਰੀ ਮੁਲਾਕਾਤ ਦੇ ਨਾਲ ਜੁੜੇ ਰਹੋ ਇਹ ਇਹ ਐਂਟੀਨਾ ਉਦੋਂ ਦਾ ਰੱਖਿਆ ਸਮਾ ਕੇ ਅੱਛਾ ਜੀ ਹਾਂ ਜੀ ਐਸ ਆਈ ਨੂੰ ਮਤਲਬ ਪਾਕਿਸਤਾਨ ਪਿੰਦਾ ਕੀ ਬਾਤ ਹੈ ਇਹ ਇਧਰੋਂ ਜ਼ਿਆਦਾ ਮਤਲਬ ਉਹ ਤੋਂ ਪੀਟੀਵੀ ਦੇਖਦੇ ਸੀ ਅੱਛਾ ਮੇਰੇ ਖਿਆਲ ਜਦੋਂ ਤੁਸੀਂ ਗਏ ਹੋ ਬੰਬੇ ਫਿਲਮਾਂ ਦੇ ਜਿਆ ਉਹ ਆ ਉਦੋਂ ਦਾ ਹੀ ਆ ਤੁਹਾਡਾ ਇਸ ਸਮੇਂ ਇਹ 70s ਦਾ ਵਾ ਅੱਛਾ ਹਾਂ ਜੀ 70s ਬਣਾਇਆ ਸੀਗਾ ਤੇ ਆ ਵਾਲਾ ਪੋਰਸ਼ਨ ਹੋਂ ਬਾਅਦ ਚ ਬਣਾਇਆ ਉਹ ਲਰ ਸਾਹਿਬ ਇਸੇ ਸਰੂਪ ਦੇ ਵਿੱਚ ਰਹਿੰਦੇ ਆ ਜਿਵੇਂ ਤੁਸੀਂ ਪਹਿਲਾਂ ਨਾਲੋਂ ਬਦਲਾਅ ਕੀਤਾ ਕੋਈ ਦਿੱਕਤ ਜਾਂ ਕੋਈ ਪਰੇਸ਼ਾਨੀ ਨਹੀਂ ਨਹੀਂ ਇਹਨੂੰ ਹੰਡਾਉਂਦੇ ਹੋ ਹਰ ਕਿਸਮ ਦੇ ਰੋਲ ਕਰ ਰਹੇ ਨੇ ਇਹਦੇ ਵਿੱਚ ਵੀ ਪੋਜ਼ਿਟਿਵ 네ਗਟਿਵ ਕੋਈ ਦਿੱਕਤ ਹੈ ਨਹੀਂ ਅੱਛਾ ਅ ਐਕਚੁਅਲੀ ਬਾਰੀ ਰੂਪ ਜਿਹੜਾ ਤੁਹਾਡਾ ਉਥਾ ਕੁਦਰਤ ਦੀ ਇੱਕ ਦੇਣ ਆ ਪਰ ਜਿਹੜਾ ਅੰਦਰ ਤੁਹਾਡੇ ਬੰਦਾ ਲੁਕਿਆ ਹੋ ਉਹਦਾ ਕਿਹੜਾ ਰੂਪ ਤੁਸੀਂ ਆਡੀਅנס ਦੇ ਸਾਹਮਣੇ ਦਿਖਾਉਣਾ ਚਾਹੁੰਦੇ ਹੋ ਉਹ ਡਿਪੈਂਡ ਕਰਦਾ ਕਿ ਜਿਹੜੇ ਪਰਟੀਕੂਲਰ ਫਿਲਮ ਮੈਂ ਉਹਦੀ ਕੀ ਰਿਕੁਆਇਰਮੈਂਟ ਆ ਤਾਂ ਕੋਈ ਦਿੱਕਤ ਨਹੀਂ ਆਉਂਦੀ ਹਰ ਤਰ੍ਹਾਂ ਦੇ ਕੰਮ ਕਰ ਰਹੇ ਹਾਂ ਜਿੱਥੇ ਤੁਸੀਂ ਕੋਈ ਹੋਰ ਰੂਪ ਹੁੰਦਾ ਜਿਵੇਂ ਕਿ ਇਸ ਦਾੜੀ ਤੋਂ ਤੁਹਾਨੂੰ ਇਦਾਂ ਕਿਸੇ ਡਾਇਰੈਕਟਰ ਜਾਂ ਪ੍ਰੋਡਿਊਸਰ ਦੀ ਵੱਲੋਂ ਇਹ ਨਹੀਂ ਹੋਇਆ ਬਈ ਯਾਰ ਨਹੀਂ 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 ਉਹ ਨੇ ਹੋਰ ਕਦੀ ਵੀ ਕੁਛ ਨਹੀਂ ਕੁਛ ਨਹੀਂ ਕੋਈ ਕਦੀ ਕਿਸੇ ਨੇ ਨਹੀਂ ਹੈ ਕਿ ਆਕਾ ਥੋੜਾ ਜਿਹਾ ਸ਼ਾਰਟਕਟ ਕਰ ਲੋ ਕੁਛ ਨਹੀਂ ਨਾਥਿੰਗ ਆਵਰ ਸ਼ਾਰਟ ਇਹ ਐਕਚੁਅਲੀ ਮੈਂ ਉਹ ਤੋਂ ਫਿਲਮ ਕਰਿਆ ਸੀਗਾ ਸਾਕਾ ਨਨਕਾਣਾ ਉਹ ਦਾੜੀ ਨਹੀਂ ਨਹੀਂ ਗ로우 ਕੀਤੀ ਸੀ ਉਹਦੀ ਹਾਂ ਔਰ ਉਸੇ ਦੌਰਾਨੀ ਮੇਰੇ ਇਹਨਾਂ ਦੀ ਫਾਈਨਲਾਈਜ਼ ਹੋਇਆ ਉਰਸਾ ਪੰਜਾਬ ਦਾ ਤੇ ਉਹ ਕਹਿੰਦੇ ਵੀ ਇਹਨੂੰ ਹੁਣ ਤੁਸੀਂ ਰੱਖੋ ਕਿਉਂਕਿ ਇਹਦੇ ਵਿੱਚ ਥੋੜਾ ਬਹੁਤ ਅਸੀਂ ਐਡ ਕਰਕੇ ਤੇ ਕੁਝ ਬਹੁਤ ਪਾਰੀ ਦਾੜੀਬਾਦ ਦੇ ਚੋਖਾਈ ਸੀ ਜੀ ਜੀ ਔਰ ਉਹ ਦਿਨ ਤੇ ਅੱਜ ਤੱਕ ਦੇ ਨਾਲ ਉਸ ਤੋਂ ਬਾਅਦ ਫਿਰ ਦਾੜੀ ਰੱਖ ਹੀ ਛੱਡੀ ਆ ਅੱਛਾ ਫਿਲਮਾਂ ਕਰਕੇ ਪਹਿਲਾਂ ਦਾੜੀ ਮਤਲਬ ਪਹਿਲਾਂ ਵੀ ਕੱਟਦੇ ਸੀਗੇ ਤੇ ਕਲੀਨ ਸ਼ੇਵ ਹੋਏ ਉਸ ਤੋਂ ਬਾਅਦ ਫਿਲਮਾਂ ਕਰਕੇ ਹੁਣ ਇਹ ਰੱਖ ਲਈ ਮਤਲਬ ਪਰਵਾਹ ਨਹੀਂ ਆ ਹੁਣੇ ਹਾਂਜੀ ਹਾਂਜੀ ਅੱਛਾ ਜਿਵੇਂ ਤੁਸੀਂ ਅੰਦਰ ਤੇ ਬਾਹਰ ਦੀ ਗੱਲ ਕਰਦੇ ਹੋ ਹਾਂਜੀ ਤੇ ਆ ਦੋ ਤਿੰਨ ਫਿਲਮਾਂ ਦੇ ਵਿੱਚ ਵਿੱਚ ਮੈਂ ਦੇਖਿਆ ਮੈਂ ਤੁਹਾਡਾ ਨੈਗੇਟਿਵ ਰੋਲ ਹੈ ਜਿਹੜਾ ਜੀ 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 ਤੇ ਉੱਥੇ ਬੜੇ ਤੁਸੀਂ ਐ ਲੱਗ ਰਹੇ ਪਤਾ ਨਹੀਂ ਆ chav ki ਹੁਣ ਲੋਕਾਂ ਨੂੰ ਹਾਲੇ ਹਾਲਾ ਕਿ ਔਰਤਾਂ ਪੰਜਾਬ ਵਿੱਚ ਵੇਖੇ ਤੇ ਉਹ ਬੰਦਾ ਡਰਗਸ ਦਾ ਕੰਮ ਕਰਦਾ ਨੈਗੇਟਿਵ ਹੀ ਆ ਪਰ ਉਹ ਧੰਦਾ ਉਹਦਾ ਜੀ ਹਾਂਜੀ ਤਾਂ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਪਰ ਮਾਤਮਰੀ ਡਿਊਟੀ ਲਈ ਇਹ ਬੰਦੇ ਦੀ ਚੰਗੇ ਕਮਾਂ ਵਾਲੀ ਮਾੜੀ ਜੇ ਚੰਗੇ ਮਾੜੇ ਬੰਦੇ ਨਾ ਹੋਣ ਤੇ ਚੰਗੇ ਦੀ ਕਦਰ ਹੀ ਕਿੱਥੋਂ ਹੋਵੇ ਬਿਲਕੁਲ ਸੋ ਉਹ ਸਾਰੇ ਪੱਖ ਜਿਹੜੇ ਹਨ ਉਹ ਜ਼ਿੰਦਗੀ ਦਾ ਹਿੱਸਾ ਹੀ ਹੈਗੇ ਬਿਲਕੁਲ ਹਾਂਜੀ ਜੀ ਤੇ ਉਹ ਸਗੋਂ ਜਿਹੜੇ ਨੈਗੇਟਿਵ ਰੋਲ ਹੈ ਉਹ ਥੋੜਾ ਜਿਆਦਾ ਚੈਲੈਂਜਿੰਗ ਹੁੰਦਾ ਉਹ ਤੁਹਾਡੇ ਕੋਲ ਕਰਨ ਵਾਸਤੇ ਵੀ ਜ਼ਿਆਦਾ ਕੁਝ ਹੁੰਦਾ ਹੈ ਜ਼ਿਆਦਾ ਕੁਝ ਜ਼ਿਆਦਾ ਇੰਟਰਸਟਿੰਗ ਹੁੰਦੇ ਆ ਔਰ ਬਲੈਕ ਐਂਡ ਵਾਈਟ ਦੋਵਾਂ ਦੀ ਕਦਰ ਤਾਂ ਹੀ ਹੈ ਜੇ ਇੱਕ ਹੈਗਾ ਤੇ ਦੂਜੇ ਦੀ ਹੈ ਦੂਜਾ ਹੈਗਾ ਤੇ ਪਹਿਲੇ ਦੀ ਹੈ ਬਿਲਕੁਲ ਕੰਪਲੀਮੈਂਟਰੀ ਦੋਵੇਂ ਬਿਲਕੁਲ ਜੀ 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 ਆਜੋ ਭੁੱਲਰ ਸਾਹਿਬ ਏਡੀ ਵੱਡੀ ਫਿਲਮ ਇੰਡਸਟਰੀ ਦੇ ਵਿੱਚੋਂ ਤੁਸੀਂ ਤੇ ਮੈਨੂੰ ਕਿਤੇ ਬੌਂਸਰ ਬੌਂਸਰ ਦੇਸੀ ਨਹੀਂ ਰਿਹਾ ਤੁਹਾਡੇ ਵਾਲੇ ਦਾਲੇ ਤੁਹਾਡਾ ਕੋਈ ਬੌਂਸਰ ਦੀ ਲੋੜ ਆਪਾਨੂੰ ਵਾਕਈ ਸਹੀ ਗੱਲ ਹੈ ਤੇ ਕਿਉਂ ਮੈਨੂੰ ਤਾਂ ਇਹ ਸੀਗਾ ਵੀ ਜਦੋਂ ਜਾਵਾਂਗੇ ਤੁਹਾਡੇ ਕੋਲੇ ਘਰ ਦੇ ਵਿੱਚ ਤਾਂ ਕਿਤੇ ਨਾ ਕਿਤੇ ਮੂਰਿਆਂ ਕੋ ਕੁੰਡਾ ਖੜਕਾਏ ਤਾਂ ਹੋਰ ਮਿਲੂ ਹਾਂਜੀ ਹੈਗੇ ਨੇ ਤਾਂ ਘਰੇ ਜਾਂ ਨਹੀਂ ਨੇ ਜਦੋਂ ਕੁੰਡਾ ਖੜਕਾਓਗੇ ਖੁਦ ਹੀ ਮਿਲਾਂਗੇ ਜੇ ਘਰ ਹੋਏ ਤੇ ਜੀ ਜੀ ਹਾਂਜੀ ਹਾਂਜੀ ਪੁੱਲਰ ਸਾਹਿਬ ਇਸੇ ਮਿੱਟੀ ਚ ਇਸੇ ਘਰ ਚ ਉੱਠ ਕੇ ਤੁਸੀਂ ਬੰਬੇ ਦੀਆਂ ਉੱਚੀਆਂ ਇਮਾਰਤਾਂ ਤੱਕ ਗਏ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਬਈ ਸਿੱਧਾ ਬੰਬੇ ਕਿਵੇਂ ਪਹੁੰਚਣ ਹੋ ਗਿਆ ਨਹੀਂ ਤਾਂ ਬੰਦਾ ਇੱਧਰ ਉੱਧਰ ਹੱਥ ਪੱਲੇ ਬੜੇ ਮਾਰਦਾ ਵੀ ਯਾਰ ਇੱਥੇ ਕਿ ਜੇ ਕਿਤੇ ਕਿਸੇ ਸੀਰੀਅਲ 'ਚ ਹੱਥ ਪੈ ਜੇ ਜਾਂ ਇੱਥੇ ਕਿ ਜੇ ਪੈ ਜੇ ਮੈਂ ਬੀਐਸਸੀ ਕਰਨ ਤੋਂ ਬਾਅਦ ਅੱਛਾ ਐਮਏ ਡਰਾਮੈਟਿਕਸ ਪੰਜਾਬ ਯੂਨੀਵਰਸਿਟੀ ਪਟਿਆਲਾ ਗਿਆ ਹੂੰ ਉਸ ਤੋਂ ਬਾਅਦ ਤਿੰਨ ਸਾਲ ਮੈਸ਼ੂ ਸਕੂਲ ਡਰਾਮਾ ਉਸ ਤੋਂ ਬਾਅਦ ਗਿਆ ਮੈਂ ਹੂੰ ਔਰ ਇਹ ਹੱਥ ਪੈਰ ਮਾਰਨ ਵਾਲੀ ਗੱਲ ਉਦੋਂ ਹੈ ਹੀ ਕੋਈ ਨਹੀਂ ਸੀਗੀ ਅੱਛਾ ਕਿਉਂਕਿ ਦੂਰਦਰਸ਼ਨ ਸ਼ਾਮ ਨੂੰ ਸ਼ੁਰੂ ਹੁੰਦਾ ਸੀ ਕਿ ਦੋ ਤਿੰਨ ਘੰਟੇ ਦਾ ਸਾਰਾ ਹੁੰਦਾ ਸੀਗਾ ਹੂੰ ਔਰ ਹੋਰ ਕੋਈ ਜੇ ਕੁਝ ਹੋ ਸਕਦਾ ਸੀ ਉਹ ਬੰਬਈ ਹੋ ਸਕਦਾ ਸੀ ਬਟ ਸਟਿਲ ਮੈਂ ਟਾਈਮ ਲਿਆ ਆਪਣਾ ਪੂਰੀ ਤਿਆਰੀ ਕਰਕੇ ਫਿਰ ਗਿਆ ਐਂਡ THEN THERE WAS NO LOOKING BACK ਇਥੋਂ ਦੀ ਇੰਡਸਟਰੀ ਕਿਵੇਂ ਸੀ ਉਦੋਂ ਇਥੋਂ ਦੇ ਕੀ ਹਾਲਾਤ ਸੀ ਜਿਹੜੇ ਇਥੋਂ ਦੀ ਇੰਡਸਟਰੀ ਜਿਹੜੀ ਆ ਉਹ ਮੇਰੇ ਖਿਆਲ ਨਾਲ ਬੰਬਈ ਤੋਂ ਹੀ ਆਪਰੇਟ ਹੁੰਦੀ ਸੀ ਜਿਹੜੀਆਂ ਵੀ ਫਿਲਮਾਂ ਬਣਦੀਆਂ ਸੀਗੀਆਂ ਉਹ ਉੱਥੇ ਹੀ ਔਰ ਅੱਧੇ ਜ਼ਿਆਦਾ ਸ਼ੂਟਿੰਗ ਉੱਥੇ ਕਰਨਾ ਐਸਐਲ ਸਟੂਡੀਓ ਵਗੈਰਾ ਕਰ ਲੈਂਦੇ ਸੀ ਥੋੜਾ ਬਾਹਰ ਕਰ ਲਿਆ ਥੋੜੀ ਬਹੁਤ ਇੱਥੇ ਹੁੰਦੀ ਸੀ ਬਾਕੀ ਸਾਰਾ ਤਕਰੀਬਨ ਉੱਥੇ ਕੰਮ ਹੁੰਦਾ ਸੀ ਸਾਰੇ ਆਫਿਸ ਵਗੈਰਾ ਵੀ ਉੱਥੇ ਸੀਗੇ ਉੱਥੋਂ ਹੀ ਆਪਰੇਟ ਕਰਦੇ ਸੀ ਲੋਕ ਇਹ ਗੱਲ ਸੱਚੀ ਹੈ ਕਹਿੰਦੇ 1960 70ਵਿਆਂ ਦੇ ਦਹਾਕੇ ਦੇ ਵਿੱਚ ਐਕਟਰ ਪੰਜਾਬ ਦਾ ਹੀਰੋਇਨ ਜਿਹੜੀ ਕਾ ਵਸੀ ਆ ਟੈਕਨੀਸ਼ੀਅਨ ਕਲਕਟਾ ਦੇ ਟੈਕਨੀਸ਼ੀਅਨ ਕਲਕਟਾ ਦੇ ਬਿਲਕੁਲ ਉਹ ਸਮੇ ਦਾ ਥੋੜਾ ਜਿਹਾ ਜ਼ਿਕਰ ਕਰੋ ਕਿਹੋ ਜਿਹਾ ਮਾਹੌਲ ਸੀਗਾ ਪੰਜਾਬੀਆਂ ਦੀ ਕਿੰਨੇ ਦੀ ਠੋਕ ਸੀਗੀ ਐਕਚੁਅਲੀ ਉਹ ਉਹ ਟਾਈਮ ਜਿਹੜਾ ਸੀਗਾ ਉਹ ਮਤਲਬ ਮੈਂ ਤੇ ਇੱਥੇ ਸੀਗਾ ਉਦੋਂ ਮੈਂ ਡਾਇਰੈਕਟਲੀ ਤਾਂ ਮੈਨੂੰ ਉਸ ਟਾਈਮ ਦਾ ਕੁਝ ਪਤਾ ਨਹੀਂ ਜੀ ਪਰ ਜਿਹੜਾ ਰਸਾਲਿਆਂ 'ਚ ਪੜਦੇ ਰਹਿੰਦੇ ਸੀ ਉਹ ਤੁਹਾਡੇ ਤੱਕ ਵੀ ਚੱਲਿਆ ਹਾਂ ਜੀ ਹਾਂ ਜੀ ਜੀ ਉਸ ਤੌਰ ਦੀਆਂ ਮਤਲਬ ਉਜੰਤੀ ਮਾਲਾ ਹੋਵੇ ਹਮ ਵਾਲੀ ਹੋਵੇ ਤਾਂ ਸਿਚ ਬਹੁਤ ਪਰਿਪੱਕ ਟ੍ਰੇਂਡ ਜਿਹੜੇ ਉਹ ਹੀਰੋਇਨਾ ਸੀਗੀਆਂ ਔਰ ਆਪਣੇ ਪੰਜਾਬੀ ਹੀਰੋ ਸੀ ਧਰਮਜੀਤ ਸੀਗੇ ਜੀ ਜੀ ਪੰਜਾਬੀ ਜਿਆਦਾਤਰ ਜਤਿੰਦਰ ਸੀ ਸਾਰੇ ਮਤਲਬ ਇਸ ਤਰ੍ਹਾਂ ਦਾ ਦੌਰ ਸੀਾ ਪੂਰਾ ਪਹਿਲੀ ਫਿਲਮ ਮਿਰਚ ਮਸਾਲਾ ਦੇ ਵਿੱਚ ਤੁਸੀਂ ਓਮਪੁਰੀ ਜੀ ਹੁਣੀ ਮਿਰਚ ਨਸੀਰੁਦੀਨ ਸਾਹਬ ਹੋ ਰਹਿਆਂ ਦੇ ਨਾਲ ਸਵੀਤਾ ਪਾਟਲ ਤੇ ਬੜੇ 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 ਜਿਹੜੇ ਇਹ ਨਾ ਇੱਕ ਜੋਰ ਜਮਾ ਇਹੋ ਜਿਹਾ ਸੀਗਾ ਨਵਾਂ ਨਵਾਂ ਨੈਚਰਸਕੋਲ ਡਰਾਮਾ ਤੋਂ ਪਾਸ ਆਊਟ ਹੋਇਆ ਸੀਗਾ ਉਦੋਂ ਇੱਕ ਤਰ੍ਹਾਂ ਤੋਂ ਸਮਝ ਲਓ ਕਿ 1.5 ਮਹੀਨੇ ਦਾ ਪੇਡ ਅਪ੍ਰੀਸੀਏਸ਼ਨ ਕੋਰਸ ਸੀਗਾ ਅੱਛਾ ਕਿ ਉਹਨਾਂ ਲੋਕਾਂ ਨੂੰ ਕੰਮ ਕਰਦਿਆਂ ਵੇਖਣਾ ਉਹਨਾਂ ਲੋਕਾਂ 'ਚ ਵਿਸ਼ਰਣਾ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਇਹ ਬਹੁਤ ਹੀ ਅੱਛਾ ਮੌਕਾ ਸੀਗਾ ਉਹ ਉਹਨੂੰ ਪੂਰੀ ਤਰ੍ਹਾਂ ਅਵੇਲ ਕੀਤਾ ਤੇ ਕੋਲੋਨਾ ਲੋਕਨਾਬਾਦ ਤੱਕ ਵੀ ਰਿਲੇਸ਼ਨ ਜਿਹੜੇ ਉਹ ਕਾਇਮ ਮਤਲਬ ਰਹਿ ਆਊਟ ਆਫ ਦੈਕ ਆਪਣੇ ਮਤਲਬ ਨਜ਼ਾਰਾ ਹੁੰਦਾ ਕਿਹੋ ਜਿਹਾ ਮਹਿਸੂਸ ਕੀਤਾ ਸੀ ਜਦੋਂ ਪਹਿਲੀ ਵਾਰ ਨਸੀਰਉਦੀਨ ਸਾਹਿਬ ਜਾਂ ਓਮਪੁਰੀ ਜੀ ਉਹਨਾਂ ਨਾਲ ਉੱਥੇ ਤੁਸੀਂ ਮਿਲਦੇ ਐਕਚੁਅਲੀ ਇੱਕ ਜਿਹੜਾ ਸਾਂਝੀ ਇੰਸਟੀਚਿਊਟ ਨੈਸ਼ਨਲ ਸਕੂਲ ਡਰਾਮਾ ਤੋਂ ਹੋਣ ਕਰਕੇ ਨਾ ਉਹ ਚੱਕ ਚਕਾ ਕੋਈ ਨਹੀਂ ਸੀਗਾ ਮਤਲਬ ਇਸ ਤਰ੍ਹਾਂ ਦਾ ਕੋਈ ਫੀਲ ਨਹੀਂ ਹੋਇਆ ਕਿ ਪਤਾ ਨਹੀਂ ਨਵੇਂ ਲੋਕਾਂ ਨੂੰ ਮਿਲ ਰਹੇ ਹਾਂ ਹਮ ਔਰ ਪੂਰਾ ਮਹੌਲ ਹੀ ਉਥੇ ਘਰੇਲੂ ਸੀਗਾ ਅੱਛਾ ਹਾਂਜੀ ਦੀਨਾ ਪਾਟਕ ਸੀਗੇ ਰਤਨਾ ਪਾਟਕ ਉਹਦੇ ਬੇਟੀਆਂ ਤੋਂ ਉਹ ਸਾਰਾ ਟੱਬਰ ਦਾ ਟੱਬਰ ਹੀ ਉਥੇ ਇਨਵੋਲਡ ਹੈ ਕਿਉਂਕਿ ਅੰਦਰੀ ਸਾਬ ਰਤਨਾ ਦਾ ਮੈਰਿਜ ਸੀਗੇ ਤੇ ਮਤਲਬ ਦਿਪਤੀ ਨਵਲ ਸੀ ਸਾਰਾ ਹੀ ਵਧੀਆ ਇੱਕ ਨਾ ਘਰੇਲੂ ਮਾਹੌਲ ਦੇ ਵਿੱਚ ਹੀ ਉਹ ਸਾਰੀ ਸ਼ੂਟਿੰਗ ਹੋਈ ਹੈ ਜੀ ਜੀ ਅਰੇ ਇੱਕ ਪਾਰਟिकुलर ਮੈਨੂੰ ਕਟਣਾ ਯਾਦ ਆ ਇੱਕ ਗ੍ਰਾਮਫੋਨ ਸੀਕੁਐਂਸ ਹੈ ਫਿਲਮ ਚ ਕਾਫੀ ਲੰਬਾ ਸੀਕੁਐਂਸ ਹੈ ਜੀ ਜੀ ਉਹ ਕਿਥਨ ਜੀ ਮਤਲਬ ਹੀ ਵਾਸ ਵੈਰੀ ਪਾਰਟिकुलर ਅਬਾਊਟ ਇਟ ਕਿ ਉਹ ਸ਼ਾਮ ਨੂੰ 2 ਵਜੇ ਤੋਂ ਬਾਅਦ ਹੀ ਸ਼ੂਟ ਕਰਨਾ ਸਵੇਰੇ ਕੋ ਸੀਕੁਐਂਸ ਕਰ ਲਿਆ ਉਹ 7-8 ਦਿਨ ਜਾਂ ਸ਼ੂਟ ਚੱਲਿਆ ਨਾ ਜੀ ਸਵੇਰੇ ਕਿਤੇ ਹੋਰ ਸ਼ੂਟ ਕਰ ਲਿਆ ਪਰ ਲੇਕਿਨ 12:30 1 ਵਜੇ ਉਹ ਤੋਂ ਪਿਕਅਪ ਕਰਕੇ ਲੱਗ ਸਕੀ ਜਿੱਥੇ ਵੀ ਆ ਔਰ ਉਸ ਲੋਕੇਸ਼ਨ ਤੇ ਪਹੁੰਚ ਜਾਣਾ ਦੋ ਵਜੇ ਤੋਂ ਬਾਅਦ ਉਹਦੀ ਸ਼ੂਟ ਹੋਣਾ ਉਸੇ ਲਾਈਟ ਦੇ ਵਿੱਚ ਹੀ ਵਾਹ ਹਾਂ ਇਹ ਮਤਲਬ ਇਸ ਰੀਜ ਨਾਲ ਫਿਲਮ ਬਣਾਈ ਹੈ ਨਾ ਤਦ ਵੀ ਅੱਜ ਤੱਕ ਉਹ ਇੱਕ ਰੈਫਰੈਂਸ ਪੁਆਇੰਟ ਹੈ ਬਿਲਕੁਲ ਤੁਸੀਂ ਐਨਐਸਡੀ ਦੀ ਇਹ ਗੱਲ ਕਰਦੇ ਆਂ ਆਪਾਂ ਜੇ ਉੱਧਰ ਨੂੰ ਆਈਏ ਤੁਸੀਂ ਉੱਥੋਂ ਜਿਵੇਂ ਤੁਸੀਂ ਕਹਿੰਦੇ ਕੌਣ ਕਹਿੰਦਾ ਤੁਸੀਂ ਕਰਕੇ ਗਏ ਹੋ ਉੱਥੋਂ ਰੜਕੇ ਗਏ ਹੋ ਉਹਦੇ ਵਿੱਚ ਵੀ ਹੈ ਨਾ ਜਦੋਂ ਅੱਜ ਦੀਆਂ ਫਿਲਮਾਂ ਦੇ ਐਕਟਰਾਂ ਨੂੰ ਵੇਖਦੇ ਆਂ ਪੰਜਾਬ ਦੀ ਗੱਲ ਕਰ ਰਿਹਾ ਮੈਂ ਪੰਜਾਬੀ ਫਿਲਮਾਂ ਨੂੰ ਵੇਖਦੇ ਆਂ ਤਾਂ ਕਿਤੇ ਨਾ ਕਿਤੇ ਮੈਨੂੰ ਨਹੀਂ ਲੱਗਦਾ ਉਹ ਐਨਐਸਡੀ ਦੇ ਸ਼ਾਇਦ ਜ਼ਿਕਰ ਚ ਵੀ ਆਉਂਦੇ ਹੋਣ ਤੁਹਾਨੂੰ ਐਕਚੁਅਲੀ ਦੋ ਚੀਜ਼ਾਂ ਹੁੰਦੀਆਂ ਮਤਲਬ ਜੋ ਸਾਨੂੰ ਪੜਾਇਆ ਗਿਆ देयर ਆ ਟੂ ਥੀਜ਼ ਇੱਕ ਹੈ ਟੈਲੈਂਟ ਜਿਹੜਾ ਗੋਡ ਗਿਫਟਡ ਹੈ ਔਰ ਦੂਸਰੀ ਹੈ ਉਹਦੀ ਟ੍ਰੇਨਿੰਗ ਹੂੰ ਟ੍ਰੇਨਿੰਗ ਦੇ ਦੌਰਾਨ ਉਹ ਜਿਹੜਾ ਟੈਲੈਂਟ ਹੈ ਨਾ ਉਹਨੂੰ ਅਵੇਅਰ ਕੀਤਾ ਜਾਂਦਾ ਕਿ ਆਹ ਤੇਰੇ ਪਲੱਸ ਪੁਆਇੰਟ ਆ ਆਹ ਤੇਰੇ ਮਾਈਨਸ ਪੁਆਇੰਟ ਆ ਪਲੱਸ ਪੁਆਇੰਟਸ ਨੂੰ ਯੂਜ਼ ਕਰਨਾ ਮਾਈਨਸ ਪੁਆਇੰਟਸ ਨੂੰ ਕਿਸ ਤਰ੍ਹਾਂ ਪਲੱਸ ਪੁਆਇੰਟਸ ਦੇ ਵਿੱਚ ਬਦਲਣਾ ਬਦਲਣਾ ਹਾਂਜੀ ਇਸ ਚੀਜ਼ਾਂ ਜਿਹੜੀਆਂ ਇਹ ਟ੍ਰੇਨਿੰਗ ਨਾਲ ਹੀ ਆ ਸਕਦੀਆਂ ਸਾਡੇ ਵੇਲੇ ਮੌਕੇ ਬਹੁਤ ਘੱਟ ਸੀਗੇ ਜੀ ਹੁਣ ਅੱਜ ਵਾਲੇ ਜਿਹੜੇ ਐਕਟਰ ਆ ਉਹਨਾਂ ਕੋਲ ਮੌਕੇ ਜ਼ਿਆਦਾ ਆ ਜੀ ਉਹ ਕੰਮ ਕਰਦਿਆਂ ਕਰਦਿਆਂ ਵੀ ਸਿੱਖ ਸਕਦੇ ਆ ਪਰ ਲਗਨ ਹੋਣੀ ਚਾਹੀਦੀ ਆ ਅੱਛਾ ਦੈਟਸ ਹਾਊ ਆਈ ਟੇਕ ਉਹਨਾਂ ਕੋਲ ਗਲਤੀਆਂ ਕਰਨ ਦੇ ਚਾਂਸ ਜ਼ਿਆਦਾ ਵਾ ਕਿਉਂਕਿ ਕੰਮ ਜ਼ਿਆਦਾ ਹੋ ਰਿਹਾ। ਬਹੁਤ ਹੀ ਇਸ ਮੌਕੇ ਤੇ ਮੈਂ ਸਮਝਦਾ ਕਿ ਹਰ ਹਰ ਪਾਸੇ ਨੂੰ ਵੈਬ ਸੀਰੀਜ਼ ਜਾਂ YouTube ਵਾਸਤੇ ਲੋਕ ਬਣਾ ਰਹੇ ਆ। ਜੀ। ਔਰ ਈਵਨ ਮਤਲਬ ਹੁਣ ਜਿਹੜੇ ਮੋਬਾਈਲ ਹੈ ਸਾਡੇ ਕੋਲ ਉਹ ਇੰਨੇ ਜ਼ਿਆਦਾ ਪਾਵਰਫੁਲ ਹੈ ਕਿ ਤੁਸੀਂ ਉਹਦੇ ਉੱਤੇ ਵੀ ਕੁਝ ਸਬਜੈਕਟ ਕੋ ਬਣਾਉਣਾ ਚਾਹਦੇ ਬਣਾ ਸਕਦੇ ਜੀ ਜਿਹੜਾ ਕਿ ਕਿਸੇ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਸੁਪਰ 16 ਵਗੈਰਾ ਜੋ ਛੋਟੇ ਕੈਮਰੇ ਸੀ ਉਹਨਾਂ ਉੱਤੇ ਚਲੋ ਗੁਜ਼ਾਰੇ ਦੇ ਬਜਟ 'ਚ ਲੋਕ ਕਰਦੇ ਸੀਗੇ ਉੱਤੇ ਸਮਝ ਲਓ ਫ੍ਰੀ ਕਰ ਸਕਦੇ ਜੀ ਤੁਸੀਂ ਜੀ ਜੀ ਉਹਨੂੰ ਉਹਨੂੰ ਤੁਸੀਂ ਐਡਿਟ ਕਰ ਸਕਦੇ ਜੀ ਪ੍ਰੋਪਰਲੀ ਬਾਅਦ ਵਿੱਚ ਮੈਨੇਜ ਕਰ ਸਕਦੇ ਬਾਰਡਰ ਫਿਲਮ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਹੈ ਉਸ ਚਰਚਾ ਦੇ ਵਿੱਚ ਤੁਸੀਂ ਵੀ ਆਉਂਦੇ ਹੋ ਜੀ ਤੁਸੀਂ ਇੱਕ ਕੰਦ ਬਣ ਕੇ ਖੜਦੇ ਹੋ ਇੱਕ ਸਨੀ ਦੇ ਹਾਲ ਦੇ ਉਸ ਸੀਨ ਦੇ ਵਿੱਚ ਜਦੋਂ ਉਹ ਦੇ ਸੀਨੀਅਰ ਅਫਸਰ ਦੇ ਤੌਰ ਤੇ ਸਾਹਮਣੇ ਆਉਨੇ ਹੋ ਤੁਹਾਡਾ ਸੀਨ ਖੁੱਲਦਾ ਬਾਰਡਰ ਦੇ ਵਿੱਚ ਐਂਟਰੀ ਕਿਵੇਂ ਹੁੰਦੀ ਆ ਤੁਹਾਡੀ ਕਿਵੇਂ ਬਣਿਆ ਸੀ ਸੁਭਬ ਵੀ ਹਾਂ ਮਹਾਵੀਰ ਭੁੱਲਰ ਦੀ ਗੱਲਬਾਤ ਹੁੰਦੀ ਹੈ ਤੇ ਇੱਕ ਪੰਜਾਬੀ ਚਿਹਰਾ ਇਸ ਦੇ ਵਿੱਚ ਸਿੱਧੇ ਤੌਰ ਤੇ ਨਹੀਂ ਮੈਨੂੰ ਅਪਰੋਚ ਹੀ ਕੀਤਾ ਗਿਆ ਸੀਗਾ ਪ੍ਰੋਡਕਸ਼ਨ ਵਾਲਿਆਂ ਨੇ ਔਰ ਜੀਪੀ ਦਿੱਤਾ ਸਾਹਿਬ ਦੇ ਘਰ ਗਏ ਅੱਛਾ ਉਹਨਾਂ ਦੇ ਓਪੀ ਦਿੱਤਾ ਉਹਨਾਂ ਦੇ ਫਾਦਰ ਸੀਗੇ ਤੇ ਉਹਨਾਂ ਨਾਲ ਮਿਲਾਇਆ ਉਹਨਾਂ ਨੇ ਕਿੰਦੇ ਕਿ ਉਸ ਕਰਨਲ ਹ oceano ਵਾਸਤੇ ਨਾਨੋ ਰੋਸਾਬ ਨੂੰ ਬੁਲਾਇਆ ਉਹ ਵੀ ਬਹੁਤ ਹੱਟੇ-ਕੱਟੇ ਜੀ ਜੀ ਉਹ ਵੀ ਸਾਹਿਬ ਰਾਈਟਰ ਸੀਗੇ ਤੇ ਉਹ ਕਹਿੰਦੇ ਨਹੀਂ ਬਿਲਕੁਲ ਪਰਫੈਕਟ ਜੀ ਜੀ ਉਹਦੇ ਵਿੱਚ ਉਹਨੇ ਗੱਲ ਬੜੀ ਮਤਲਬ ਵਿੱਚ ਯਾਦ ਰਹੀਂਦੀ ਆ ਉਹ ਜਿਹੜਾ ਸੰਨੀ ਦਾ ਤੇ ਅਕਸ਼ੇ ਦਾ ਇੰਟਰੋਡਕਸ਼ਨ ਵਾਲਾ ਸੀਨ ਆ ਆਮੋ ਸਾਹਮਣੇ ਹੁੰਦੀ ਆਮਣੇ ਸਾਹਮਣੇ ਹਾਂਜੀ ਉਸ ਸਾਈਡ ਦੇ ਉੱਤੇ ਕੈਮਰਾ ਸੀ ਇਧਰ ਸੰਨੀ ਖੜਾ ਇਧਰ ਅਕਸ਼ੇ ਆਰ ਮੈਂ ਇੱਥੇ ਖੜਾ ਅੱਛਾ ਕੈਮਰਾਮੈਨ ਨੇ ਨਿਰਮਲ ਜਾਨੀ ਸੀ ਕੈਮਰਾਮੈਨ ਜੀ ਉਹਨਾਂ ਨੇ ਫੋਕਸ ਕਰਕੇ ਤੇ ਦਿਖਾਇਆ ਉਹ ਸ਼ਾਟ ਲੈਣ ਤੋਂ ਪਹਿਲਾਂ ਉਹ ਮੇਰੀਆਂ ਲਾਈਨਾਂ ਸੀ ਉਹ ਸ਼ਾਟ ਚ ਜੀਪੀ ਸਾਹਿਬ ਆਇਓ ਨੇ ਕੈਪ ਥੋੜੀ ਜਾਂ ਕਰਕੇ ਵਿੱਚੋਂ ਹੀ ਦੇਖਿਆ ਫਿਰ ਉੱਪਰ ਦੇਖਿਆ ਫਿਰ ਦੁਬਾਰਾ ਦੇਖ ਕੇ ਕਿਤੇ ਜਾਨੀ ਨਹੀਂ ਫੋਕਸ ਭੁੱਲਰ ਪੇ ਕੁਡ ਹਿਅਰ ਕਿਉਂਕਿ ਜ਼ਿਆਦਾ ਦੂਰ ਨਹੀਂ ਸੀਗਾ ਅੱਛਾ ਮਤਲਬ ਜੇਪੀ ਦੱਤਾ ਵਰਗਾ ਬੰਦਾ ਹੀ ਇਹ ਕਰ ਕਰ ਸਕਦਾ ਵਾ ਜੋ ਮੈਨੂੰ ਚਾਹੀਦਾ ਸੁਚਾਈਦਾ ਹਾਂ ਉਹ 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 ਹਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਕਿ ਦੋ ਸਟਾਰਸ ਸਨ ਕੜਿਆ ਇਹਨਾਂ ਦੇ ਫੋਕਸ ਇਹ ਥੋੜਾ ਜਿਹਾ ਡੀ ਫੋਕਸ ਵਿੱਚ ਔਰ ਲਾਈਨਾਂ ਨਿਕਲ ਜਾਣੀਆਂ ਰੈਫਰੈਂਸ ਵਾਸਤੇ ਪਰ ਨਹੀਂ ਉਹਨੂੰ ਪਤਾ ਕੀ ਕਰਕੇ ਇਸ ਕਰਕੇ ਵੱਡੇ ਮੇਕਰ ਬਣਦੇ ਆ ਬੜਾ ਲੋਕਾਂ ਨੇ ਦਿਲਾਂ ਤੇ ਵਸਾਇਆ ਸੀ ਸੰਦੇਸ਼ੇ ਆਤੇ ਹਨ ਹਮੇ ਬੁਲਾਤੇ ਹਨ ਘਰ ਕਾਬਾ ਹੋ ਗਈ ਜੀ ਜੀ ਚਿੱਠੀ ਆਤੀ ਹੈ ਉਹਨਾਂ ਦਿਨਾਂ ਦੇ ਵਿੱਚ ਐਂਟੀਨਾ ਹੁੰਦੇ ਸੀਗੇ ਟੈਲੀਵਿਜ਼ਨ ਤੇ ਲੋਕ ਬਲੈਕ ਐਂਡ ਵਾਈਟ ਤੇ ਦੇਖਿਆ ਕਰਦੇ ਸੀ ਅੱਜ ਵਾਂਗ ਆਏ ਨਹੀਂ ਸੀਗਾ ਵੀ ਨੈਟਫਲਿਕਸ ਤੇ ਚਲੇ ਜਾਓ ਜਾਂ ਪੌਂਚ ਜਦੋਂ ਮਰਜੀ ਵੇਖੋ ਜਿੰਨੀ ਮਰਜੀ ਵੇਖੋ ਇੱਥੇ ਕੇ ਜੇ ਰੋਕ ਲਓ ਮਹਾਵੀਰ ਭੁੱਲਰ ਸਾਹਿਬ ਦਾ ਸੀਨ ਆ ਗਿਆ ਪਰ ਨਹੀਂ ਸੀਗਾ ਉਦੋਂ ਜਦੋਂ ਫਿਲਮ ਚੱਲ ਗਈ ਉਦੋਂ ਕਿਵੇਂ ਸੀਗਾ ਮਹਿਸੂਸ ਹੋਇਆ ਪਿੰਡ ਚ ਕਿਵੇਂ ਮੈਨੂੰ ਪਤਾ ਲੱਗਦਾ ਮੈਂ ਤਾਂ ਬੰਬਈ ਸੀ ਉਦੋਂ ਅੱਜ ਵੀ ਚੁੱਕ ਦਿਖਦੀ ਆਉਂਦਾ ਪਰ ਬਹੁਤ ਅੱਛਾ ਲੱਗਦਾ ਤੁਹਾਡੇ ਯਾਰ ਦੋਸਤ ਤੁਹਾਡੇ ਨਾਲ ਦੇ ਸਟ੍ਰਗਲਰ ਜਿਹੜੇ ਆ ਉਹ ਜਦੋਂ ਦੇਖ ਕੇ ਆਉਂਦੇ ਔਰ ਕਿੰਦੇ ਬਹੁਤ ਅੱਛਾ ਲੱਗਦਾ ਸਾਨੂੰ ਤਾਂ ਬਹੁਤ ਮਤਲਬ ਫਖਰ ਮਹਿਸੂਸ ਹੁੰਦਾ ਤੁਹਾਨੂੰ ਵੀ ਸਨੀ ਦੇ ਹੁੰਦੀਆਂ ਫਿਲਮਾਂ ਨੇ ਕਾਇਲ ਜੀਤ ਜਾਂ ਤੁਸੀਂ ਇਹ ਗੱਲ ਕਾਮ ਨਹੀਂ ਹਾਂ ਬਿਲਕੁਲ ਦਾਮਨੀ ਤੇ ਵਿਸ਼ਨੂ ਦੇਵਾ ਬਾਰਡਰ ਇਹਨਾਂ ਦੇ ਵਿੱਚ ਤੁਸੀਂ ਉਹ ਕੁਝ ਨਹੀਂ ਇੱਕ ਬਿੱਟੂ ਪੀਰਡ ਸੀ ਉਹ ਸੰਨੀ ਦਾ ਮੈਂ ਉਹੀ ਗੱਲ ਕਰਨ ਲੱਗਾ ਜਿਉਂ ਪੀਰਡ ਸੀਗਾ ਦੌਰ ਚੱਲਿਆ ਮਤਲਬ ਹਜ਼ਾਰਾਂ ਲੋਕਾਂ ਦੇ ਉਹਦੇ ਵਿੱਚ ਕੋਈ ਇਹੋ ਜਿਹਾ ਨਹੀਂ ਕਿ ਸੰਨੀ ਆ ਉਹ ਕੇਵਲ ਮਤਲਬ ਸੰਨੀ ਵਾਸ ਪਾਰਟ ਆਫ ਦ ਫਿਲਮ ਐਂਡ ਮੈਂ ਮਿਹ ਉਹਦੇ ਵਿੱਚ ਜੁਆਇਨ ਕੀਤਾ ਦੁਸ਼ਮਣੀ ਫਿਲਮ ਸੀਗੀ ਹਾਂਜੀ ਹਾਂਜੀ ਤੇ ਉਹ ਮਤਲਬ ਇੱਕ ਦੌਰ ਦੀ ਗੱਲ ਸੀ ਬਿਕਾਜ਼ ਸੰਨੀ ਦਾ ਅੱਛਾ ਟਾਈਮ ਗਾਇਲ ਤੋਂ ਬਾਅਦ ਚੱਲ ਰਿਹਾ ਸੀਗਾ ਔਰ ਵਖਵਖ ਡਾਇਰੈਕਟਰ ਵਖਵਖ ਕਰਿਆ ਵਖਵਖੇ ਸੈਟਅਪ ਆ ਜੀ ਔਰੇ ਕੋਇਨਸੀਡੈਂਸ ਆ ਕੇ ਆਈ ਵਾਸ देयर ਅੱਛਾ ਜਦੋਂ ਕਿਤੇ ਆਹਮੋ ਸਾਹਮਣੇ ਵੈਂਦੇ ਸੀਗੇ ਗੱਲਾਂ ਬਾਤਾਂ ਵੀ ਸੱਟ ਤੇ ਹੁੰਦੀਆਂ ਹੋਣਗੀਆਂ ਸਨੀ ਦੇਵਾਲ ਨਾਲ ਉਸ ਵਕਤ ਉਹਨਾਂ ਦਾ ਵਿਵਹਾਰ ਬਹੁਤ ਹੀ ਅੱਛਾ ਬਹੁਤ ਹੀ ਨਾਰਮਲ ਦਾ ਐਕਚੁਅਲੀ ਬਹੁਤ ਜ਼ਿਆਦਾ ਨਾ ਕਿ ਬੰਦੇ ਹੁੰਦੇ ਕੋਈ ਇਤਨਾ ਜਿਹਾ ਜਿਤਨਾ ਸੁਰਵੀਸ਼ ਅਭਰਾਏ ਜੀ ਆ ਤੇ ਉਹ ਰੌਣਕ ਲਾ ਕੇ ਰੱਖਦੇ ਆ ਕੋਈ ਨਾ ਕੋਈ ਗੱਲ ਕਰੀ ਜਾਨੀ ਗੋਗਾ ਕਪੂਰ ਸੀ ਉਹਨਾਂ ਵੀ ਆਪਣੇ ਸਾਥ ਦੇ ਨਾਲ ਕੋਈ ਪਰ ਸਨੀ ਥੋੜਾ ਰਿਜ਼ਰਵ ਰਹਿੰਦੇ ਬੈਠੇ ਆਪਣੀ ਥਾਂ ਦੇ ਤੇ ਕੋਈ ਤੁਹਾਡੀ ਜਿਹੜੀ ਸਕ੍ਰਿਪਟ ਵਾਲੀ ਦੇਖ ਰਹੇ ਜਾਂ ਕੁਝ ਇਸ ਤਰ੍ਹਾਂ ਥੋੜਾ ਸਿੱਧੇ ਸੀ ਹਾਂਜੀ ਟੂ ਦਾ ਪੁਆਇੰਟ ਅੱਛਾ ਕਲੂਜ਼ ਸਟਾਕ ਨਹੀਂ ਕਰਨੀ ਕਿਸੇ ਨਾਲ ਅੱਛਾ ਹੂੰ ਹਿੰਦੀ ਲਾਈਨ ਦੇ ਵਿੱਚ ਕੰਮ ਕਰਕੇ ਪੰਜਾਬੀ ਨਾਲੋਂ ਕੀ ਵੱਖਰਾ ਲੱਗਿਆ ਤੁਹਾਨੂੰ ਜਿਵੇਂ ਉਸ ਇੰਡਸਟਰੀ ਦੇ ਵਿੱਚ ਤੁਸੀਂ ਲੰਬਾ ਹਣਦੇ ਆ ਰਹੇ ਹੋ ਤੇ ਉਧਰਲੇ ਪਾਸੇ ਬਾਲੀਵੁੱਡ ਦੇ ਵਿੱਚ ਕੰਮ ਕਰਨਾ ਇਹ ਪੰਜਾਬੀ ਦੀ ਨੇਸ ਐਕਚੁਅਲੀ ਉਦੋਂ ਪੀਰੀਅਡ ਸੀਗਾ ਕਿਉਂਕਿ ਮੈਂ ਟ੍ਰੇਨਿੰਗ ਲੈ ਕੇ ਗਿਆ ਸੀਗਾ ਇਸ ਪਟਿਆਲੇ ਫੜਦੇ ਆ ਵੀ ਹਿੰਦੀ ਚ ਜਸਮਾ ਆਰਡਰ ਵਗੈਰਾ ਪਲੇ ਕੀਤੇ ਸੀ ਪੰਜਾਬੀ ਤੋਂ ਹਿੰਦੀ ਚ ਜਾਂਦੇ ਜਾਂਦੇ ਟਾਈਮ ਤਾਂ ਲੱਗਦਾ ਹੀ ਆ ਪਰ ਕੋਸ਼ਿਸ਼ ਪੂਰੀ ਸੀ ਸਿੱਖਣ ਦੀ ਜੀ ਇਹ 2 ਸਾਲੇ 3 ਸਾਲ ਨੈਸ਼ਨਲ ਸਕੂਲ ਪੰਜ ਸਾਲ ਦੀ ਟ੍ਰੇਨਿੰਗ ਦੇ ਵਿੱਚ ਕਾਫੀ ਆਪਣੇ ਆਪ ਨੂੰ ਪਾਲਿਸ਼ ਕਰ ਲਿਆ ਸੀ ਔਰ ਬੰਬਈ ਜਾ ਕੇ ਮੈਂ ਬਾਕਾਇਦਾ ਉਰਦੂ ਸਿੱਖੀ ਵੀ अच्छा हां जी 2.5 سال ਇੱਕ টিচারਾਂ ਨਾਲ ਮਿਲ ਗਏ ਉਹ ਲਖਨਊ ਦੇ ਸੀ ਉਹਨਾਂ ਕੋਲੋਂ ਬਕਾਇਦਾ ਔਰ ਮੈਨੂੰ ਹੁਣੇ ਇੱਕ ਪੁਰਾਣੀ ਕਾਪੀ ਮਿਲ ਗਈ ਹੈ ਉਹਦੇ ਵਿੱਚ ਇਹਨਾਂ ਮਤਲਬ ਖੁਸ਼ਖਤ ਹੋ ਗਿਆ ਸੀਗਾ ਪ੍ਰੈਕਟਿਸ ਹੋ ਗਈ ਸੀ ਅੱਛਾ ਤੇ ਬਹੁਤ ਅੱਛਾ ਲੱਗਦਾ ਔਰ ਉਹਦਾ ਫਾਇਦਾ ਵੀ ਬੜਾ ਹੁੰਦਾ ਜਿਸ ਤਰ੍ਹਾਂ ਸੋਲਡ ਆਫ ਟੂਪ ਸੁਲਤਾਨ ਗ੍ਰੇਟ ਮਰਾਠਾਉਨਾ ਵਿੱਚ ਕਾਫੀ ਉਰਦੂ ਸੀਗਾ ਤੇ ਉਹ ਯੂਜ਼ ਕਰਦੇ ਰਹੇ ਉਦੋਂ ਇਹ ਸੀਗਾ ਕਿ ਤੁਸੀਂ ਪੰਜਾਬੀ ਟੱਚ ਆਉਂਦਾ ਵੇਖੋ ਟਾਈਮ ਹੁਣ ਚੇਂਜ ਹੋ ਗਿਆ ਤਾਂ ਹੁਣ ਕੀ ਰਹਿਣਾ ਥੋੜਾ ਇਸ ਵਿੱਚ ਪੰਜਾਬੀ ਟੱਚ ਡਾਲੀਏ ਇਸ ਵਿੱਚ ਬਿਲਕੁਲ ਮੰਗਦੇ ਆ ਇੱਕ ਇਹ ਫਰਕ ਹੋ ਗਿਆ ਹਾਂ ਜੀ ਹਾਂ ਜੀ ਜੀ ਤੇ ਈਵਨ ਦੇਖੋ ਹੁਣ ਲਾਲ ਸਿੰਘ ਚੱਡਾ ਆਈ ਹੈ ਤੇ ਉਹਦੇ ਵਿੱਚ ਬਿਲਕੁਲ ਅਮੀਰ ਖਾਨ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹ ਪੰਜਾਬੀ ਉਸ ਕੈਰੈਕਟਰ ਨੂੰ ਪੋਰਟ੍ਰੇ ਕੀਤਾ ਜਾਵੇ ਲਾ ਕੇ ਕਿੱਥੇ ਤੱਕ ਕਾਮਯਾਬ ਹੋਏ ਤਾਂ ਲੋਕ ਦੱਸ ਅਗਰੇ ਜੀ ਪਰ ਟਾਈਮ ਬੋ ਚੇਂਜ ਹੋ ਗਿਆ ਬਿਲਕੁਲ ਮੁੰਬਈ ਫਿਲ ਨਗਰੀ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਜਿਹੜਾ ਬੰਬੇ ਜਾ ਲੈ ਗਿਆ ਉਹ ਬੰਬੇ ਦਾ ਹੀ ਹੋ ਕੇ ਰਹਿ ਜਾਂਦਾ ਜੀ ਮਹਾਵੀਰ ਭੁੱਲਰ ਬੰਬੇ ਗਏ ਆ ਉੱਥੇ ਜਾਣ ਵੇਲੇ ਤੁਹਾਡਾ ਚਿਹਰਾ ਮੋਰਾ ਹੋਰ ਸੀਗਾ ਪੰਜਾਬ ਆ ਕੇ ਤੁਸੀਂ ਪੰਜਾਬ ਦੀ ਹੋ ਕੇ ਰਹਿ ਗਏ ਹੋ ਮੈਨੂੰ ਇਹ ਲੱਗਦਾ ਹੈ ਬੰਬੇ ਛੱਡਣਾ ਕਿੰਨਾ ਕੌਫਾ ਲੱਗਿਆ ਉਸ ਵਕਤ ਦੀ ਇਹ ਡਿਮਾਂਡ ਸੀਗੀ ਕਿਉਂਕਿ ਛੋਟੇ ਬ੍ਰਦਰ ਦੀ ਡੈਥ ਹੋ ਗਈ 95 ਚ ਔਰ ਉਹਦੇ ਬੱਚੇ ਛੋਟੇ ਜੀ ਔਰ ਬਜ਼ੁਰਗ ਫਾਦਰ ਮਾਦਰ ਸੀਗੇ ਸੋ ਜਦੋਂ ਮੈਨੂੰ ਸਵੇਰੇ ਖਬਰ ਲੱਗੀ ਆ ਕਿ ਐਕਸੀਡੈਂਟ ਹੋ ਗਿਆ ਉਹਦਾ ਜੋ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਮੈਨੂੰ ਇਹ ਦੱਸਿਆ ਨਹੀਂ ਕਿ ਡੈਥ ਹੋ ਗਈ ਹੈ ਮੈਂ ਰਕਦਾ ਉਹ 6:00 ਸਵਾ 6:00 ਵਜੇ ਜਦੋਂ ਫੋਨ ਗਿਆ ਨਾ ਉਦੋਂ ਹੀ ਇਹ ਡਿਸਾਈਡ ਹੋ ਗਿਆ ਸੀ ਕਿ ਮੈਂ ਵਾਪਸ ਜਾਣਾ ਜੀ ਲੇਕਿਨ ਮੈਂ ਕੋਈ ਜਲਦਬਾਜ਼ੀ ਨਹੀਂ ਕੀਤੀ ਆ 5 ਸਾਲ ਮੈਂ ਰੁਕਿਆ ਉੱਥੇ ਕੰਮ ਜਿਹੜੇ ਚੱਲ ਰਹੇ ਸੀ ਉਹਨਾਂ ਨੂੰ ਕੰਪਲੀਟ ਕੀਤਾ ਜੀ ਤੇ ਉਦੋਂ ਜੀਤ ਫਿਲਮ ਦਾ ਸ਼ੂਟ ਚੱਲ ਰਿਹਾ ਸੀਗਾ ਅੱਛਾ ਪਲੱਸ ਆਪਨੇ ਆਪ ਨੂੰ ਵਿਡਰੋ ਕੀਤਾ ਹੌਲੀ 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 ਆਪਣੇ ਆਪ ਨੇ ਤਿਆਰ ਕੀਤਾ ਮੈਨੂੰ ਇਸ ਤਰ੍ਹਾਂ ਨਾ ਹੋਏ ਕਿ ਮੈਂ ਫਿਜ਼ੀਕਲੀ ਇੱਥੇ ਆ ਜਾਵਾਂ ਉਹ ਧਿਆਨ ਉੱਥੇ ਰਵੇ ਜੀ ਇੱਥੇ ਜਦੋਂ ਆ ਗਿਆ ਮੈਂ ਉਦੋਂ ਫਿਰ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਆਪਣੇ ਆਪ ਨੂੰ ਉੱਥੋਂ ਵਿਡਰੋ ਕਰ ਚੁੱਕਾ ਸੀ ਫਿਰ ਮੈਂ ਇਸ ਤਰ੍ਹਾਂ ਦੀ ਨਾਲ ਜੋੜਿਆ ਆ ਕੇ ਆਪਣੇ ਆਪ ਨੂੰ ਰਚੇ ਵਿੱਚ ਕਰ ਲਿਆ ਜੀ ਸਾਡੀ ਦੋਵਾਂ ਭਰਾਵਾਂ ਦੀ 536 ਕਿਲੇ ਜ਼ਮੀਨ ਸੀਗੀ ਉਹ ਮੈਂ ਆਪ ਹੀ ਵਾਈ ਸਾਰੀ ਆ ਕੇ ਜਿਹੜੀ ਵੀ ਹਿੱਸੇ ਟਕੇ ਦੇ ਨਜ਼ਰ ਨੇ ਉਹਨਾਂ ਤੋਂ ਲੈ ਲਈ 15ਵੀਂ ਪਸ਼ੂ ਸੀ ਕੇ ਤਾਂ ਆਪਣੇ ਆਪ ਨੂੰ ਪੂਰਾ 16 17 18 ਘੰਟੇ ਤੱਕ ਕੰਮ ਕਰਨਾ ਇਸ ਤਰ੍ਹਾਂ ਲੱਗਦਾ ਸੀ ਕਿ ਦਿਨ ਥੋੜਾ ਵੱਡਾ ਹੋਣਾ ਚਾਹੀਦਾ ਸੋ ਉਹ ਉਹਨਾਂ ਚੀਜ਼ਾਂ ਨੇ ਬਹੁਤ ਮਦਦ ਮਿਲੀ ਰੀ ਰੂਟੀਨ ਦੇ ਵਿੱਚ ਤੇ ਜਦੋਂ ਤੁਸੀਂ ਡਿਸਾਈਡ ਕਰ ਲੈਂਦੇ ਜੇ ਕਿ ਹੁਣ ਮੈਂ ਆਪਣੇ ਆਪ ਨੂੰ ਇੱਥੇ ਐਸਟੈਬਲਿਸ਼ ਕਰਨਾ ਤਾਂ ਫਿਰ ਕੋਈ ਦਿੱਕਤ ਹੁੰਦੀ ਨਹੀਂ ਇਹੋ ਜਿਹੀ ਬੇ ਹੌਲੀ ਹੌਲੀ ਰਮ ਗਏ ਪੁੱਲਰ ਸਾਹਿਬ ਆਡੀਸ਼ਨ ਦੀ ਗੱਲ ਕਰਦਾ ਮੈਂ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਆਡੀਸ਼ਨ ਦਾ ਜਦੋਂ ਕੋਈ ਫਿਲਮ ਆਉਂਦੀ ਹੈ ਖਾਸ ਕਰਕੇ ਪੰਜਾਬ ਦੀ ਪਾਲੀਵੁੱਡ ਦੀ ਮੈਂ ਗੱਲ ਕਰਾਂਗਾ ਇਹ ਨਹੀਂ ਹੋਇਆ ਕਿਤੇ ਵੀ ਮਹਾਬੀਰ ਭੋਲਾ ਰਹਾ ਯਾਰ ਲੈ ਲੋ ਇਸ ਫਿਲਮ ਦੇ ਵਿੱਚ ਜਾਂ ਇਸ ਸੀਨ ਦੇ ਵਿੱਚ ਕੀ ਲੋੜ ਹੈ ਆਡੀਸ਼ਨ ਦੀ ਕਿ ਤੁਸੀਂ ਜਾਇਜ਼ ਮੰਨਦੇ ਹੋ ਨਹੀਂ ਨਹੀਂ ਐਕਚੁਅਲੀ ਕੀ ਹੁੰਦਾ ਕਿ ਹਰ ਕਰੈਕਟਰ ਦੀ ਆਪਣੀ ਡਿਮਾਂਡ ਹੁੰਦੀ ਆ ਜੀ ਔਰ ਉਹ ਇੱਕ ਪਾਰਟਿਕੂਲਰ ਸੀਨ ਜਿਹੜਾ ਮਤਲਬ ਹਾਈ ਹਾਈ ਸੀਨ ਹੁੰਦਾ ਨਾ ਉਹ ਤਕਰੀਬਨ ਆਡੀਸ਼ਨ ਵਾਸਤੇ ਉਹ ਰੱਖਦੇ ਆ। ਅੱਛਾ। ਤੇ ਉਹ ਸੀਨ ਦੇ ਵਿੱਚ ਇੱਕ ਕੈਰੈਕਟਰ ਜਿਹੜਾ ਐਕਟਰ ਜਿਹੜਾ ਉਹ ਉਸ ਕੈਰੈਕਟਰ ਦੇ ਕਿੰਨਾ ਕੁ ਲੱਗ ਗਿਆ ਹੁੰਦਾ ਉਹਨਾਂ ਨੂੰ ਕਲੀਅਰ ਹੋ ਜਾਂਦਾ। ਇਸ ਕਰਕੇ ਮੈਂ ਕੋਈ ਨੂੰ ਬੁਰਾ ਨਹੀਂ ਮੰਨਦਾ। ਕਿ ਠੀਕ ਹੈ ਮੈਂ ਇਹਨੇ ਤੀਰ ਚਲਾਤੇ ਆ ਤੇ ਇਹ ਇੱਕ ਛੋਟਾ ਜਿਹਾ ਕਾਨਾ ਜਿਹੜਾ ਇਹਦੇ ਵਾਸਤੇ ਮੈਨੂੰ ਕੋਈ ਸਾ ਨਹੀਂ ਕੋਈ ਕੋਈ ਪ੍ਰੋਬਲਮ ਨਹੀਂ। ਹਾਂਜੀ। ਕਰ ਦਿੰਦੇ ਹਾਂ। ਜੀ ਜੀ ਬਿਲਕੁਲ ਬਿਲਕੁਲ। ਆਈ ਲਵ ਟੂ ਥੀ ਕਈ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਮੈਨੂੰ ਪਤਾ ਕਿ ਜਿਹੜੀਆਂ ਡੇਟਸ ਤੇ ਇਹਨਾਂ ਨੂੰ ਸ਼ੂਟ ਕਰਨਾ ਵਾ ਮੈਂ ਨਹੀਂ ਫ੍ਰੀ ਪਰ ਸਟਿਲ ਗੋ देयर ਹੋ ਸਕਦਾ ਉਸ ਮੌਕੇ ਦੇ ਉੱਤੇ ਐਡਜਸਟਮੈਂਟ ਹੋ ਜੇ ਜਾਂ ਕੁਝ ਨਿਕਲਾਵੇ ਤੇ ਅੱਛਾ ਹਾਂਜੀ ਆਈ ਡੋਨਟ ਮਾਈਂਡ ਐਟ 올 ਕੋਈ ਇਹੋ ਜੀ ਫਿਲਮ ਜਾਂ ਕੋਈ ਇਹੋ ਜੀ ਯਾਦ ਭੁੱਲਰ ਸਾਹਿਬ ਜਿਹੜੀ ਬੰਬੇ ਦੀ ਤੁਹਾਨੂੰ ਹਮੇਸ਼ਾ ਲੱਗਦਾ ਹੋਵੇ ਵੀ ਉਹਦੇ ਸੈੱਟ ਤੇ ਤਾਂ ਸੀ ਕਿਆ ਬਾਤਾਂ ਹੀ ਸੀਗੀਆਂ ਉੱਥੇ ਨਾਲ ਇਦਾਂ ਦੇ ਐਕਟਰ ਸੀਗੇ ਜਾਂ ਹੀਰੋਇਨ ਉਹੋ ਜੀਆਂ ਸੀ ਜਾਂ ਡਾਇਰੈਕਟਰ ਸਾਹਿਬ ਇਦਾਂ ਦੇ ਸੀ ਪ੍ਰੋਡਿਊਸਰ ਇਦਾਂ ਦੇ ਇੱਕ ਹੀ ਮਾਹੌਲ ਹੁੰਦਾ ਕਈ ਵਰੀ ਕੋਈ ਵੀ ਯਾਰ ਉਹ ਮਾਹੌਲ ਮੁੜ ਕੇ ਨਹੀਂ ਮਿਲਿਆ ਉਹ ਯਾਦਾਂ ਉਹਨਾਂ ਦੀ ਐਕਚੁਅਲੀ ਜਿਹੜੇ ਜਿਹੜੇ ਆਊਟਡੋਰ ਵਾਲੇ ਮਾਹੌਲ ਹੈ ਨਾ ਉਹ ਤੁਹਾਨੂੰ ਜ਼ਿਆਦਾ ਯਾਦ ਰਹਿ ਜਾਂਦੇ ਕਿਉਂਕਿ ਲੰਮੇ ਸਮੇਂ ਵਾਸਤੇ ਤੁਸੀਂ ਉੱਥੇ ਰਹਿੰਦੇ ਜੀ ਇਕੱਠੇ ਰਹਿੰਦੇ ਜੀ ਜਿਵੇਂ ਆਪਾਂ ਮਿਰਚ ਮਸਾਲਾ ਦਾ ਜ਼ਿਕਰ ਕਰ ਚੁੱਕੇ ਹਾਂ ਬਹੁਤ ਅੱਛਾ ਉਪਾਅ ਸੀਗਾ ਉਸੇ ਤਰ੍ਹਾਂ ਇਹ ਦੋ ਲੰਮੇ ਸ਼ਡਿਊਲ ਤਕਰੀਬਨ ਡੇਡ ਡੇਡ ਸਾਲ ਚੱਲੇ ਹੋ ਉਹ ਗ੍ਰੇਟ ਮਰਾਠਾ ਤੇ ਟੀਪੂ ਸੁਲਤਾਨ ਦੇ ਸੀਗੇ ਅੱਛਾ ਜੈਪੁਰ ਜੀ ਹਾਂਜੀ ਸਾਮੋਦ ਕਰਕੇ ਇੱਕ ਜਗਾ ਤੇ ਉਹ ਵੀ ਜਿਹੜੇ ਮਤਲਬ ਨਾਲ ਕੋ ਐਕਟਰ ਸੀਗੇ ਉਹਨਾਂ ਨਾਲ ਵੀ ਅੱਜ ਤੱਕ ਸਬੰਧ ਬਣੇ ਆ ਮੁਕੇਸ਼ ਰਿਸ਼ੀ ਸੀ ਮੇਰੇ ਨਾਲ ਇਕੱਠੇ ਸੀ ਅਸੀਂ ਅੱਛਾ ਤੇ ਹੁਣੇ ਉਹਨਾਂ ਦੀ ਇੱਕ ਫਿਲਮ ਕੀਤੀ ਆ ਉਹਨਾਂ ਦੇ ਬੇਟਾ ਐਕਟ ਕਰ ਰਿਹਾ ਜੀ ਜੀ ਤੇ ਉਹ ਲੀਸਨ ਵਾਲੀ ਤਿਆਰੀ ਸੀ ਤੇ ਉਦੋਂ ਦੇ ਸਬੰਧ ਮੰਤਰੀ ਇੰਨੇ ਸਾਲਾਂ ਦੇ ਬਣੇ ਆ ਬਿਲਕੁਲ ਤੇ ਆਪਾਂ ਜਦੋਂ ਬੈਠੇ ਸੀ ਉਦੋਂ ਗੱਲ ਕੀਤੀ ਆ ਵੀ ਹਰ ਕੋਈ ਵੀ ਨਵਾਂ ਯੂਨਿਟ ਚ ਆਉਂਦਾ ਨਾ ਉਹਦੇ ਵਿੱਚ ਤੁਹਾਡੇ ਨਾਲ ਇੱਕ ਦੋ ਲੋਕ ਇਹੋ ਜਿਹੇ ਜੁੜ ਜਾਂਦੇ ਆ ਜਿਹੜੇ ਤਾਂ ਜ਼ਿੰਦਗੀ ਤੁਹਾਡੇ ਮਤਲਬ ਨਾਲ ਤੁਰਦੇ ਨੇ ਜੁੜੇ ਰਹਿੰਦੇ ਹਾਂਜੀ ਹਾਂਜੀ ਇੱਕੋ ਸਮਾਂ ਸੀ ਜਦੋਂ ਟਾਕੀ ਤੇ ਭੀੜ ਲੱਗਦੀ ਹੁੰਦੀ ਸੀ ਲੋਕ ਟਿਕਟ ਲੈਣ ਲਈ ਲੋਕ ਸੀਟ ਪੱਕੀ ਕਰਨ ਲਈ ਫਿਲਮ ਵੇਖਣ ਲਈ ਵੱਡੀ ਸਕਰੀਨ ਤੇ ਵੱਡੇ ਪਰਦੇ ਤੇ ਬੜਾ ਤਰਲੋ ਮੱਛੀ ਹੁੰਦੇ ਹੁੰਦੇ ਸੀਗੇ ਪੁੱਲਰ ਸਾਹਿਬ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸ਼ਹਿਰ ਦਾ ਕੋਈ ਸਿਨੇਮਾ ਹੁੰਦਾ ਸੀ ਉਹ ਲੋਕਾਂ ਦੇ ਦਿਲਾਂ ਤੇ ਲਿਖਿਆ ਹੁੰਦਾ ਫਲਾਣੇ ਸਿਨੇਮੇ ਚ ਫਿਲਮ ਲੱਗਣੀ ਆ ਉੱਥੇ ਦੇਖਣੀ ਆ ਉੱਥੇ ਦੇਖਣੀ ਆ ਉਹਨਾਂ ਦੌਰ ਚ ਫਿਲਮ ਤੁਹਾਡੀਆਂ ਲੱਗਦੀਆਂ ਰਹੀਆਂ ਨੇ ਤੁਸੀਂ ਐਕਟਿੰਗ ਕਰਦੇ ਰਹੇ ਉਸ ਸਮੇਂ ਦੇ ਵਿੱਚ ਤੇ ਅੱਜ ਦਾ ਜਿਹੜਾ ਦੌਰ ਆ ਜਦੋਂ ਅੱਜ ਫਿਲਮਾਂ ਵੇਖਦੇ ਹੋਂ ਘਰੇ ਬਹਿ ਕੇ ਅਗਲਾ ਵੇਖ ਕੇ ਪਾਸੇ ਹੋ ਜਾਂਦਾ ਚੰਗੇ ਮਾੜੇ ਦਾ ਵੀ ਨਾਲ ਦੀ ਨਾਲ ਹੀ ਲੋਕ ਆਪਣਾ ਰਿਵਿਊ ਦੇ ਦਿੰਦੇ ਆ ਕਿ ਮੈਂ ਵੇਖਦੇ ਹਾਂ ਉਹ ਵੱਡੇ ਪਰਦੇ ਤੋਂ ਇੱਥੇ ਤੱਕ ਸਕਰੀਨ ਜਿਹੜੀ ਆ ਰਹੀ ਹੈ ਐਕਚੁਅਲੀ ਜਿਹੜਾ ਪਹਿਲੇ ਵਾਲਾ ਪੀਰੀਅਡ ਸੀਗਾ ਉਦੋਂ ਤੋਂ ਬੰਬਈ ਸੀ ਮੈਂ ਔਰ ਜਦੋਂ ਮੈਂ ਪੰਜਾਬ ਆ ਗਿਆ ਉਦੋਂ ਬਹੁਤ ਕੁਝ ਚੇਂਜ ਹੋ ਰਿਹਾ ਸੀ ਜੇ ਪੰਜਾਬੀ ਸਿਨੇਮਾ ਤ ਖਾਸ ਕਰਕੇ ਇੱਕ ਨਵੀਂ ਕਰਵਟ ਲੈ ਰਿਹਾ ਸੀਗਾ ਜੀ ਇਹ ਮਨਮੋਹ ਸਿੰਘ ਜੀ ਦੇ ਜੋ ਵੀ ਯਤਨ ਸੀ ਕੇ ਉਹਨਾਂ ਕਰਕੇ ਨਵੇਂ ਸਿਰਿਓਂ ਸ਼ੁਰੂਆਤ ਹੋ ਰਹੀ ਸੀ ਜੀ ਤਾਂ ਜਦੋਂ ਸ਼ੁਰੂ ਕਰਦੇ ਬਿਲਕੁਲ ਜੀ ਤੇ ਉਹ ਉਹ ਦੌਰ ਜਿਹੜਾ ਪੁਰਾਣਾ ਦੌਰ ਸੀ ਨਾ ਸਿੰਗਲ ਸਕਰੀਨ ਵਾਲਾ ਜੀ ਉਹ ਮੇਰੇ ਹਿਸਾਬ ਨਾਲ ਉਹ ਚੀਜ਼ ਦੁਬਾਰਾ ਨਹੀਂ ਬਣ 파 ਰਹੀ ਹੁਣ ਪੋਂਤੇ ਉੱਥੇ ਸਟੈਂਡੀਆਂ ਪਈਆਂ ਆ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਸ਼ੋਅ ਕਿੱਥੇ ਚੱਲਣਾ ਤੁਸੀਂ ਥੀਏਟਰ ਚ ਜਾ ਕੇ ਉਦੋਂ ਝੰਡੀਆਂ ਲੱਗਣੀਆਂ ਲਾਰਡ ਸਪੀਕਰ ਤੇ ਅਨਾਉਂਸਮੈਂਟ ਹੋਣੀ ਬਹੁਤ ਵੱਡੇ ਵੱਡੇ 40 40 ਫੁੱਟ ਦੇ ਮਤਲਬ ਕਟਆਊਟ ਲੱਗਣੇ ਐਡਵਾਂਸ ਟਿਕਟ ਇੱਕ ਇੱਕ ਹਫ਼ਤਾ ਪਹਿਲਾਂ ਜੀ ਮਤਲਬ ਜਿਹੜੀ ਨੈਕਸਟ ਫਰਾਈਡੇ ਫਿਲਮ ਲੱਗਣੀ ਆ ਉਹ ਐਸ ਫਰਾਈਡੇ ਨੂੰ ਉਹਦੀ ਬੁਕਿੰਗ ਸਟਾਰਟ ਹੋ ਜਾਣੀ ਅੱਛਾ ਔਰ ਇਸ ਤਰ੍ਹਾਂ ਦੇਖ ਕੇ ਕਿ ਪਹਿਲੇ ਦਿਨ ਹੀ ਅਗਲਾ ਸਾਰਾ ਹਫ਼ਤਾ ਜਿਹੜਾ ਉਹ ਫੁੱਲ ਆ ਹੂੰ ਬਾਕੀ ਹਾਂ ਜੀ ਜੀ ਉਸ ਤੋਂ ਬਾਅਦ ਫਿਰ ਅਗਲੇ ਅਗਲੇ ਬਣੇ ਫਿਰ ਫਿਰ ਉਸ ਚੀਜ਼ ਜਿਉਂ-ਜਿਉਂ ਇੱਕ-ਇੱਕ ਦਿਨ ਵੱਧਦਾ ਜਾਣਾ ਤੇ ਉਦੋਂ ਅਗਲੇ ਦਿਨ ਦੀ ਬੁਕਿੰਗ ਹੋਣੀ ਉਦੋਂ ਅਗਲੇ ਦਿਨ ਦੀ ਬੁਕਿੰਗ ਹੋਣੀ ਜੀ ਜੀ ਔਰ ਬਲੈਕ ਟਿਕਟ ਹੋਣੀ ਹੂੰ ਬਹੁਤ ਲੋਕ ਕੋ ਦੇਖਿਆ ਆਪਣੇ ਅਮਰਸਾ ਸੂਰਜ ਚੰ다 ਤਾਰਾ ਉਥੇ ਟੋਟਲ ਬਲੈਕ ਟਿਕਟ ਹੀ ਮਿਲਦੀ ਹੁੰਦੀ ਜੀ ਜੀ ਹਾਂ ਜੀ ਤੇ ਮਤਲਬ ਇਥੇ ਤਰਨਤਾਰਨ ਦੀ ਗੱਲ ਕਰਦਾ ਮੈਂ ਜੀ ਤੇ ਸਿੱਧਾ ਮੈਨੇਜਰ ਸੀਗੇ ਤੁਰਲਾ ਇਸ ਤਰ੍ਹਾਂ ਪੁਲਿਸ ਵਾਂਗੂ ਰੱਖਦੇ ਸੀਗੇ ਜੀ ਉਹਦੇ ਹੱਥ 'ਚ ਡੰਡਾ ਹੁੰਦਾ ਸੀ ਉਹ ਬਕਾਇਦਾ ਕਰਾਊਡ ਨੂੰ ਕੰਟਰੋਲ ਕਰਦੇ ਸੀ ਪੁਲਿਸ ਵਾਂਗੂ ਹੀ ਔਰ ਕੋਈ ਬੁਰਾ ਨਹੀਂ ਸੀ ਮੰਨਦਾ ਮਤਲਬ ਪਛਾਣ ਵਰ ਜਾਣਾ ਇਹ ਨਹੀਂ ਆਖਣਾ ਕਿਸੇ ਨੇ ਅੱਜ ਤੱਕ ਕੋਈ ਸਵਾਲ ਮਤਲਬ ਸਵਾਲ ਹੀ ਪਤਾ ਨਹੀਂ ਉਹਦਾ ਕਿਸ ਨੂੰ ਹੱਥ ਲਾਜ ਕੋਈ ਹੱਥ ਵੀ ਲਾਜ ਹਾਂ ਜੀ ਬਿਲਕੁਲ ਤੇ ਲੋਕਾਂ ਮੈਂ ਦੇਖਿਆ ਸਿਰਫ ਕਸ਼ੈਰਾ ਪਾਇਆ ਕਪੜੇ ਸਾਰੇ ਲਾ ਦੇਣੇ ਵਿੱਚੋਂ ਦੀ ਵੜ ਕੇ ਟਿਕਟ ਲੈ ਲੈਣੇ ਉਹ ਵਾ ਇੱਕ ਅਲੱਗ ਹੀ ਅਲੱਗ ਮਜਾ ਫਿਲਮ ਜਿੰਨਾਂ ਹੀ ਬਾਹਰ ਮਜਾ ਹੁੰਦਾ ਜੀ 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 ਔਰ ਮਤਲਬ ਮੈਂ ਦੇਖਿਆ ਕਿ ਇਸ ਤਰ੍ਹਾਂ ਮੇਰਾ ਨਾਮ ਜੋਕਰ ਸੀ ਲੋਕਾਂ ਨੇ ਪਸੰਦ ਕੀਤੀ ਤੇ ਪਹਿਲੇ ਉਸ 100 ਰੁਪਏ ਟਿਕਟ ਬਲੈਕ ਹੋ ਰਹੀ ਸੀ 80 ਰੁਪਏ 100 ਰੁਪਏ ਉਹਨਾਂ ਦੇ ਵਿੱਚ 70s ਦੇ ਵਿੱਚ ਬਿਲਕੁਲ ਔਰ ਪਹਿਲਾ ਦੋ ਦੋ ਇੰਟਰਵਲ ਸੀ ਪਹਿਲਾ ਇੰਟਰਵਲ ਹੋਇਆ ਔਰ ਉਹ ਟਿਕਟ ਜਿਹੜੀ ਉਹ 4 4 5 5 ਰੁਪਏ ਦੀ ਵਿਕਰੀ ਸੀ ਲੈ ਲੋ ਲੋਕਾਂ ਨੇ ਅੱਧੇ ਘੰਟੇ ਚ ਡਿਸਾਈਡ ਪਾਉਣੇ ਘੰਟੇ ਚ ਕਰਤਾ ਕਿ ਫਿਲਮ ਜਿਹੜੀ ਹੈ ਫਲਾਪ ਆ ਜੀ ਫਿਰ ਇਸੇ ਤਰ੍ਹਾਂ ਦੀ ਇੱਕ ਵੱਡੀ ਫਿਲਮ ਸੀ ਰਜ਼ਾ ਸੁਲਤਾਨ ਜੀ ਰਜ਼ਾ ਸੁਲਤਾਨ ਦਾ ਉਹਨਾਂ ਨੇ ਸਪੈਸ਼ਲ ਟਿਕਟਾਂ ਹਰ ਦਿਨ ਦੀ ਹਰ ਸ਼ੋਹ ਦੀ ਟਿਕਟ ਵੱਖਰੀ ਸੀ ਕਿ ਇਹ ਤਾਂ ਫਿਲਮ ਸਾਡੀ ਸੁਪਰੇਟ ਹੈਗੀ ਆ ਜੀ ਜੀ ਉਹ ਆਰਸ਼ਿਸ ਵਾਲੇ ਉਹਦੇ ਵੱਖਰੇ ਡਿਜ਼ਾਈਨ ਕਰਕੇ ਟਿਕਟਾਂ ਬਣਾਈਆਂ ਸੀਗੀਆਂ ਬਿਲਕੁਲ ਔਰ ਮੈਂ ਉਦੋਂ ਦਿੱਲੀ ਸੀ ਜੀ ਸ਼ੀਲਾ ਟਾਕੀ ਤੋਂ ਲੈ ਕੇ ਨਿਊ ਦਿੱਲੀ ਰੇਲਵੇ ਸਟੇਸ਼ਨ ਤੱਕ ਲਾਈਨ ਲੱਗੀ ਸੀ ਬੁਕਿੰਗ ਵਾਸਤੇ ਪਹਿਲੇ ਦਿਨੀ। ਕੀ ਹਾਲ ਹੈ? ਲੇਕਿਨ ਉਹ ਵੀ ਪਹਿਲੇ ਸ਼ੋਤੇ ਲੋਕਾਂ ਨੇ ਫਲੌਪ ਡਿclare ਕਰ ਦਿੱਤੇ। ਉਦੋਂ ਆਡੀਅנס ਦੇ ਹੱਥ ਵਿੱਚ ਬਹੁਤ ਕੁਝ ਸੀਗਾ। ਜੀ ਜੀ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕੁਝ। ਅ ਕਹਿੰਦੇ ਇਹਨੇ ਕਰੋੜ ਕਮਾ ਗਈ, ਉੱਥੇ ਵੇਖੀ ਤਾਂ ਕੁਝ ਬੰਦਾ ਹੀ ਨਹੀਂ ਹੁੰਦਾ। ਕਿਵੇਂ ਕਮਾ ਜਾਂਦੀ? ਹਾਂ ਜੀ ਇਸ ਤਰ੍ਹਾਂ ਕਮਾ ਜਾਂਦੇ ਆ ਵਰਲਡਵਾਈਡ ਕਲੈਕਸ਼ਨ ਇਸ ਤਰ੍ਹਾਂ ਦੇ। ਉਦੋਂ ਵੀ ਹੁੰਦਾ ਸੀਗਾ। ਜੀ કે ਮੈਂ ਟਿਕਟਾਂ ਜਿਹੜੀਆਂ ਉਹ ਸਾਰੀਆਂ ਖਰੀਦ ਲੈਣੀਆਂ ਕਿਉਂ ਹਾਊਸ ਫੁੱਲ ਹੋ ਗਿਆ ਪਰ ਅੰਦਰ ਘਟੁੰਦੇ ਸੀ ਲੋਕ ਪਰ ਹੁਣ ਥੋੜਾ ਜਿਆਦਾ ਜ਼ਿਆਦਾ ਹੋ ਰਹੀ ਤਰ੍ਹਾਂ ਦਾ ਹੋ ਗਿਆ ਪਤਾ ਨਹੀਂ ਲੱਗਦਾ ਹੁਣ ਕੁਝ ਪੰਜਾਬੀ ਐਕਟਰ ਹੋਵੇ ਤੇ ਬੰਬੇ ਦੇ ਵਿੱਚ ਗਿਆ ਹੋਵੇ ਤੇ ਉੱਥੇ ਉਹ ਦੌਰ ਦੇ ਵਿੱਚ ਪੰਜਾਬੀਆਂ ਨੂੰ ਬੜਾ ਪਸੰਦ ਕੀਤਾ ਜਾਂਦਾ ਸੀ ਜਦੋਂ ਤੁਸੀਂ ਵੀ ਜਾਣਦੇ ਹੋ ਬਹੁਤੀ ਵਾਰ ਕਹਿੰਦੇ ਹੁੰਦੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਜਿਹੜਾ ਬੰਬੇ ਚ ਲੈ ਗਿਆ ਉਹ ਬੰਬੇ ਦਾ ਹੀ ਹੋ ਕੇ ਰਿਹਾ ਜਾਂਦਾ ਪਰ ਤੁਸੀਂ ਫਿਰ ਬਾਅਦ ਦੇ ਵਿੱਚ ਮੁੜਦੇ ਹੋ ਵਿਆਹ ਇੱਥੇ ਆ ਕੇ ਕਰਾਉਨੇ ਹੋ ਥੋੜਾ ਨਹੀਂ ਉੱਥੇ ਕੋਈ ਸੁਭਬ ਬਣਿਆ ਬਈ ਇਹ ਤੇ ਮਹਾਨਗਰੀ ਚੀਕ ਇਥੋਂ ਦੀ ਐਕਚੁਅਲੀ ਸਟਰਗਲ ਬੜਾ ਇੱਕ ਨਵੇਂ ਬੰਦੇ ਵਾਸਤੇ ਜਿਹਦਾ ਬੈਕਗ੍ਰਾਉਂਡ ਕੁਛ ਹੋਜੀ ਨਾ ਹੋਵੇ ਤੇ ਬੰਦਾ ਅੱਗੇ ਜ਼ਿੰਦਗੀ ਬਾਰੇ ਉਦੋਂ ਹੀ ਸੋਚ ਸਕਦਾ ਜਦੋਂ ਉਹਨੂੰ ਲੱਗੇ ਕਿ ਮੈਂ ਸਟੈਬਲਿਸ਼ ਹੋ ਗਿਆ ਤੇ ਉਸੇ ਜਦੋਂ ਜਾਇਦ ਦੇ ਵਿੱਚ ਹੀ ਉਹਨੇ ਸਰ ਨੂੰ ਬ੍ਰਦਰ ਦੀ ਡੈਥ ਹੋ ਗਈ ਤਾਂ ਮਤਲਬ ਉਹ ਪਿਛਲੇ 5 ਸਾਲ ਤੋਂ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਤਾਂ ਦੀ ਵਾਪਸੀ ਵਾਲੀ ਸੀ ਕਿ ਕਦੋਂ ਵਾਪਸ ਆਉਣਾ ਮੈਂ ਜੀ ਜੀ ਔਰ 99 ਵਿੱਚ ਮੈਰਿਜ ਕੀਤੀ ਉਹ ਵੀ ਉਹਦਾ ਹਿੱਸਾ ਹੀ ਸੀ ਕਿ ਮੈਂ ਇੱਥੇ ਆ ਕੇ ਰਹਿਣਾ ਹਾਂ ਅੱਛਾ ਹਾਂ ਤੇ ਉਹ 95 ਮਤਲਬ 86 ਵਿੱਚ ਗਿਆ ਹੋ ਜੇ ਮੈਂ ਤਾਂ ਅਜੇ 8-9 ਸਾਲ ਹੀ ਹੈ ਜਿੱਤੇ ਇਨੀ ਚਿਰ ਦੇ ਵਿੱਚ ਕੁਝ ਜ਼ਿਆਦਾ ਹੁੰਦਾ ਨਹੀਂ ਹਾਲਾਂਕਿ ਅੱਛੇ-ਅੱਛੇ ਪ੍ਰੋਜੈਕਟ ਕੀਤੇ ਬਟ ਮਾਇਕ ਤੌਰ ਤੇ ਇਨਾ ਜ਼ਿਆਦਾ ਤੁਸੀਂ ਸਰਵ ਸੰਪੰਨ ਨਹੀਂ ਹੁੰਦੇ ਕਿ ਜੀ ਜੀ ਤੁਸੀਂ ਆਪਣੇ ਬਾਰੇ ਇਸ ਤਰ੍ਹਾਂ ਦਾ ਸੋਚ ਸਕੋ ਜੀ ਜੀ ਇਸ ਕਰਕੇ ਤੁਹਾਡਾ ਪਹਿਲਵਾਨੀ ਜੁੱਸਾ ਤੇ ਬੜੇ ਠੰਡੇ ਸ਼ਾਂਤ ਸੁਭਾਅ ਦੇ ਹੋ ਤੁਸੀਂ ਬੜੇ ਹਲੀਮੀ ਨਾ ਪੇਸ਼ ਆਉਨੇ ਹੋ ਇੱਕ ਵਾਰ ਕਹਿੰਦੇ ਤੁਸੀਂ ਇੱਕ ਪ੍ਰੋਡਿਊਸਰ ਵੀ ਬੜੀਆਂ ਗਾਲਾਂ ਕੱਢੀਆਂ ਸੀ ਪ੍ਰੋਡਿਊਸਰ ਨੂੰ ਬੜੇ ਕਾਲਾ ਬੁਲਾ ਕੀ ਖੜੇ ਬੜੇ ਨਾਲੇ ਹੋ ਗਏ ਸੀ ਉਹਦੇ ਕੀ ਗੱਲ ਹੋਗੀ ਸੀ ਇਹ ਜੀ ਉਹ ਸਾਡੀ ਕਨਵੋਕੇਸ਼ਨ ਸੀਗੇ ਨੈਸ਼ਨਲ ਸਕੂਲ ਆਫ ਡਰਾਮਾ ਦੀ ਤੇ ਅਸੀਂ ਕਲਕੱਤਾ ਲਾਗੇ ਸ਼ੂਟ ਕਰ ਰਹੇ ਸੀਗੇ ਉਹਨੂੰ ਪਹਿਲਾਂ ਮੈਂ ਕਹਤਾ ਕਿ ਮੈਂ ਇੰਨੀ ਤਰੀਕ ਨੂੰ ਮੈਂ ਜਾਣਾ ਵਾਂ ਤੇ ਟਿਕਟ ਕਰਵਾ ਦਿਓ ਔਰ ਮੈਂ ਇਨੀਸ਼ੀਏਟ ਨੂੰ ਪਹੁੰਚਣਾ ਕਨਵੋਕੇਸ਼ਨ ਹੈ ਮੇਰੀ ਉਹ ਮੈਂ ਸ਼ਾਮ ਨੂੰ ਪੁੱਛਿਆ ਕਿ ਮੈਂ ਟਿਕਟ ਕਰਵਾ ਦਿੱਤੀ ਹਾਂ ਹਾਂ ਉਹ ਰੇਲ ਦੀ ਟਿਕਟ ਕਰਵਾ ਦਿੱਤੀ ਮੈਂ ਕਿ ਰੇਲ ਮੈਂ ਅਗਲੇ ਦਿਨ ਪਹੁੰਚੂਗਾ ਤੇ ਮੇਰੇ ਜਾਣ ਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਅਚਈਆ ਖर्चा ਨਹੀਂ ਹੈ ਇਤਨਾ ਠੀਕ ਹੈ ਫਿਰ ਮੈਂ ਗੁੱਸਾ ਚੜ ਗਿਆ ਫਿਰ ਮੈਂ ਕਾਲਾ ਗੋਲ ਕੱਢਿਆ ਉਹਨੂੰ ਤੇ ਉਸ ਤੋਂ ਇੱਕ ਦਿਨ ਪਹਿਲਾਂ ਇੱਕ ਗੱਡੀ ਦਾ ਐਕਸੀਡੈਂਟ ਹੋ ਗਿਆ ਸਾਡੀ ਜਿਹੜੀ ਮਤਲਬ ਕਲਕੱਤਾ ਤੂੰ ਅਸੀਂ 40 ਕਿਲੋਮੀਟਰ ਦੂਰ ਸ਼ੂਟ ਕਰ ਰਹੇ ਸੀਗੇ ਤੇ ਉਹ ਕਲਕੱਤਾ ਸ਼ੂਟ ਕਰਕੇ ਵਾਪਸ ਆ ਰਹੇ ਸੀ ਤੇ ਪਤਾ ਨਹੀਂ ਕਿਸ ਤਰ੍ਹਾਂ ਉਹ ਐਕਸੀਡੈਂਟ ਹੋ ਗਿਆ ਉਹਦਾ ਔਰ ਉਹ ਆਦਮੀ ਨੇ ਕੁਝ ਕਿਸੇ ਦਾ ਪਤਾ ਨਹੀਂ ਲਿਆ ਕੀ ਹੈ ਤੇ दारू ਪੀ ਕੇ ਸਤਾ ਰਿਹਾ ਆ ਰਾਮ ਨੇ ਅੱਛਾ ਔਰ ਉਹ ਵੀ ਇੱਕ ਪਲੀਆ ਹੋ ਗਿਆ ਨਾਲ ਹੀ ਉਹਦੇ ਵੀ ਤੈਨੂੰ ਕਿਸੇ ਦੀ ਪਰਵਾਹ ਹੀ ਕੋਈ ਨਹੀਂ ਗਈ ਕੋਈ ਕੀ ਕਹਿੰਦਾ ਤੂੰ ਆਪਣਾ ਉੱਲੂ ਸਿੱਧਾ ਕਰਦਾ ਫੇ ਟਿਕਟ ਆਈ ਔਰ ਮੈਂ ਆ ਕੇ ਜੁਆਇਨ ਕੀਤਾ ਤੁਸੀਂ ਉਸ ਵਕਤ ਫਿਰ ਕਿਵੇਂ ਰਿਐਕਟ ਕੀਤਾ ਜੀ ਰਿਐਕਟ ਵੀ ਜਿਸ ਤਰ੍ਹਾਂ ਜੱਟ ਕਰਦੇ ਹੁੰਦੇ ਆ ਮੈਨੂੰ ਤਾਂ ਇਹ ਸੀ ਆਪਣੇ ਡਾਇਲੋਗ ਚ ਦੱਸੋਗੇ ਨਹੀਂ ਨਹੀਂ ਵਸੇ ਨਹੀਂ ਕਿ ਫਿਜ਼ੀਕਲੀ ਮੈਨਾਂ ਹੈਂਡਲਿੰਗ ਨਹੀਂ ਕੀਤੀ ਬਾਕੀ ਐਸੀ ਤੈਸੀ ਕੀਤੀ ਉਹਦੀ ਪੂਰੀ ਤਰ੍ਹਾਂ ਔਰ ਪੂਰਾ ਯੂਨਿਟ ਖੋਚ ਸੀਗਾ ਕਿ ਬੰਦਾ ਇਸੇ ਦੇ ਲੈ ਕੇ ਆਉਣਾ ਚਾਹੀਦਾ ਹਾਂ ਕੋਈ ਕੋਈ ਹਟਾਉਣਾ ਤੇ ਨਹੀਂ ਆਇਆ ਉਹਨੇ ਚ ਜੀ ਜਾਣਦੇ ਹੋ ਤੁਸੀਂ ਜੀ ਆਪਣੀ ਮਰਜ਼ੀ ਨਾਲ ਹਟਿਆ ਆਪੇ ਬਸ ਬਹੁਤ ਹੋ ਗਿਆ ਉਹਨੇ ਦੇ ਨਾਲ ਬੰਬੇ ਦੀਆਂ ਫਿਲਮਾਂ ਕਰਨ ਤੋਂ ਬਾਅਦ ਜਦੋਂ ਤੁਸੀਂ ਇਹ ਬਾਲੀਵੁੱਡ ਤੋਂ ਪਾਲੀਵੁੱਡ ਵੱਲ ਨੂੰ ਆਉਨੇ ਹੋ ਇੱਥੇ ਆ ਕੇ ਕੰਮ ਸ਼ੁਰੂ ਕਰ ਲਿਆ ਤੁਸੀਂ ਰੱਜ ਮਚ ਗਏ ਹਾਂ ਡੀ ਕਦੇ ਸੈੱਟ ਤੇ ਸਾਈਡ ਤੇ ਬੈਠਿਆ ਨੂੰ ਕਿ ਤੇ ਐਂ ਲੱਗਿਆ ਵੀ ਯਾਰ ਜਿਵੇਂ ਕਰ ਰਹੇ ਆ ਜਾਂ ਜਿਵੇਂ ਦੱਸ ਪੁੱਛ ਰਹੇ ਆ ਜੇ ਕਿਤੇ ਥੋੜਾ ਜਿਹਾ ਮੈਂ ਇਹਨਾਂ ਨੂੰ ਦੱਸ ਦਿਆਂ ਜਾਂ ਇਹ ਐਂ ਕਰ ਲੈਣਾਂ ਕਿ ਤੇ ਮਨ ਦੇ ਵਿੱਚ ਨਹੀਂ ਕੋਈ ਕੋਈ ਵੀ ਚੀਜ਼ ਹੋਵੇ ਮੈਂ ਕਿਉਂ ਏਜ ਦਾ ਵੀ ਥੋੜਾ ਲਿਆ ਜੇ ਮੈਂ ਕਹਿ ਦੇਣਾ ਕਿ ਥੋੜਾ ਜਿਹਾ ਕਰ ਲਓ ਕਈ ਵਾਰ ਮਤਲਬ ਐਂਗਲ ਹੀ ਗਲਤ ਹੋ ਜਾਂਦਾ ਮੈਂ ਕਹਿੰਦਾ ਨਹੀਂ ਨਹੀਂ ਇਧਰ ਕਰ ਲੀਏ ਹੋ ਜਾਂਦਾ ਸੌਖਾ ਹਾਂ ਨਹੀਂ ਮਨ ਵੀ ਲੈਂਦੇ ਇਹ ਥੋੜਾ ਨਹੀਂ ਕਿਉਂਕਿ ਤੁਹਾਡੀ ਇੰਟੈਂਸ਼ਨ ਜਿਹੜੀ ਕਲੀਅਰ ਹੁੰਦੀ ਹੈ ਨਾ ਹਾਂ ਤੁਸੀਂ ਅਗਲੇ ਨੂੰ ਨੀਚਾ ਨਹੀਂ ਦਿਖਾ ਰਹੇ ਬਿਲਕੁਲ ਕਿ ਮਾਸਟਰ ਨੂੰ ਇਧਰੋਂ ਲਿਆ ਤੇ ਉਹ ਇਸ ਇਧਰੋਂ ਨਹੀਂ ਜਾਣਾ ਇਧਰੋਂ ਨਹੀਂ ਜਾਣਾ ਉਹ ਕਲੀਅਰ ਹੀ ਹੁੰਦਾ ਤੁਹਾਡੇ ਮਨ ਦੇ ਵਿੱਚ ਆਪਣੀ ਜ਼ਿਆਦਾ ਪਰਵਾਹ ਕਰ ਦੇਣੀ ਵੈਸੇ ਮੂਸਾ ਜੱਟ ਫਿਲਮ ਦੀ ਮੈਂ ਗੱਲ ਕਰਨੀ ਚਾਹਾਂਗਾ ਹਾਂਜੀ ਸਿੱਧੂ ਮੂਸੇ ਦੇ ਨਾਲ ਤੁਸੀਂ ਬੜਾ ਤਕੜਾ ਤੁਹਾਡਾ ਉਸ ਦੇ ਵਿੱਚ ਰੋਲ ਹੈ ਤੁਸੀਂ ਮਾਮੇ ਦਾ ਰੋਲ ਕਰ ਰਹੇ ਹੋ ਹਾਂਜੀ ਕਿਵੇਂ ਬਣਿਆ ਸੀ ਸਵਾਬ ਸਿੱਧੂ ਨਾਲ ਜਿਹੜੀਆਂ ਮੈਂ ਚਾਹਣਾ ਥੋੜੀਆਂ ਜਿਹੀਆਂ ਯਾਦਾਂ ਸਾਂਝੀਆਂ ਕਰੀਏ ਆਪਾਂ ਉਸ ਫਿਲਮ ਦੀਆਂ ਉਸ ਸੈਟ ਦੀਆਂ ਉਹ ਉਹਦੇ ਰਾਈਟਰ ਸੀ ਗੁਰਿੰਦਰ ਡਿੰਪੀ ਜੀ ਉਹਨਾਂ ਦਾ ਫੋਨ ਆਇਆ ਕਿ ਜੀ ਇਸ ਤਰ੍ਹਾਂ ਰੋਲ ਲਿਆਗਾ ਤੇ ਠੀਕ ਹੈ ਚਲੋ ਚਲੇ ਗਏ ਜਾ ਕੇ ਉਹ ਜਿਆਦਾ ਪੋਰਸ਼ਨ ਜਿਹੜਾ ਉਹ ਤੇ ਉਹ ਜਿਹੜਾ ਬਚਪਨ ਆ ਜੀ ਮੂਸੀ ਦਾ ਉਹਦੇ ਨਾਲ ਹੀ ਆ ਬਿਲਕੁਲ ਤੇ ਜਦੋਂ ਫਿਰ ਵੱਡੇ ਵਾਲਾ ਪੋਰਸ਼ਨ ਆਇਆ ਤੇ ਉਹ ਥੋੜਾ ਘੱਟ ਆ ਕੰਪੈਰੀਟਿਵਲੀ ਕਿਉਂਕਿ ਛੇਤੀ ਮਾਂ ਮੇਰੀ ਡੈਥ ਹੋ ਜਾਂਦੀ ਆ ਜੀ ਜੀ ਤੇ ਲੇਕਿਨ ਇਹ ਬਾਤ ਹੀ ਮਤਲਬ ਇੱਕ ਤਰ੍ਹਾਂ ਦੇ ਕ੍ਰੇਲੋ ਮਾਹੌਲ ਦੇ ਵਿੱਚ ਹੀ ਹੋਇਆ ਉਹ ਸਾਰਾ ਯੂਨੀਟੀ ਬੜਾ ਬਹੁਤ ਵਧੀਆ ਸੀਗਾ ਕੋਈ ਦਿੱਕਤ ਨਹੀਂ ਆਈ ਕਿਸੇ ਕਿਸਮ ਦੀ ਜਿਸ ਤਰ੍ਹਾਂ ਦੀ ਹਾਈਪ ਸੀਗੀ ਉਹਦੀ ਉਸ ਮੌਕੇ ਤੇ ਜੀ ਜੀ ਇੰਟਰਨੈਸ਼ਨਲ ਸਟਾਰ ਸੀਗਾ ਬਿਲਕੁਲ ਔਰ ਪਰ ਉਹਦਾ ਬਿਹੇਵੀਅਰ ਜਿਹੜਾ ਉਹ ਕੁਆਇਟ ਨਾਰਮਲ ਸੀਗਾ ਉਸੇ ਤਰ੍ਹਾਂ ਉਹ ਪਿੰਡ ਵਾਲਾ ਜਿਹੜਾ ਦੇਸੀਪਨ ਹੈ ਨਾ ਉਹ ਆਪਣੇ ਵਾਂਗ ਕਾਇਮ ਸੀਗਾ ਤੁਸੀਂ ਬੜੀਆਂ ਫਿਲਮਾਂ ਦੇ ਸੈੱਟ ਤੇ ਗਏ ਹੋ ਬੜੇ ਤੇ ਕੰਮ ਕੀਤਾ ਉਹ ਉਹਦਾ ਸੈੱਟ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਮਾਪਿਆਂ ਨੂੰ ਮਿਲਣਾ ਉਹਨੂੰ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਿਰੇ ਲੂਜਾ ਸੀਗਾ ਜੀ 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 ਫਾਦਰ ਵੀ ਉਹਨਾਂ ਦੇ ਇੱਕ ਦੋ ਦੋ ਕੋਰਾ ਐਸੈਟ ਤੇ ਉਦੋਂ ਉਦੋਂ ਜਦੋਂ ਅਸੀਂ ਕਰ ਰਹੇ ਸੀਗੇ ਸ਼ੂਟ ਉਹ ਇੱਕ ਕੁਸ਼ਤੀ ਵਾਲਾ ਸੀਕੁਐਂਸ ਹੈ ਜੀ ਜੀ ਹਾਂ ਉਦੋਂ ਆਏ ਉਹ ਵੀ ਬਹੁਤ ਹੀ ਨਾਉਨ ਆਦਮੀ ਕੀ ਤਾਂ ਦੀ ਕੋ ਗੱਲ ਨਹੀਂ ਫਿਰ ਉਹਨਾਂ ਦੀ ਪੈਲੀਆਂ ਦੇ ਵਿੱਚ ਸ਼ੂਟ ਕੀਤਾ ਹੈ ਜਿਹੜੀਆਂ ਦਾ ਇੱਕ ਟ੍ਰੈਕ ਜਿਸ ਤੋਂ ਐਂਟਰੀ ਹੁੰਦੀ ਹੈ ਪਹਿਲੀ ਵਾਰ ਮਤਲਬ ਵੱਡਾ ਸਿੱਧੂ ਦਾ ਜੀ ਜੀ ਹਾਂ ਜੀ ਉਹ ਸੀਨ ਉਥੇ ਕੀਤਾ ਮੇਲੇ ਵਾਲਾ ਸੀਨ ਸੀਗਾ ਉਹ ਪੜੀਆਂ ਉਹਨਾਂ ਦੇ ਵਿੱਚ ਸ਼ੂਟ ਕੀਤਾ ਤੇ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਫਿਲਮ ਸ਼ੂਟ ਹੋਈ ਉਹ ਜੀ ਹਾਲਕਿ ਉਹਨਾਂ ਜਿੰਨਾ ਅੱਛਾ ਰਿਸਪੌਂਸ ਮਿਲਣਾ ਚਾਹੀਦਾ ਸੀ ਉਦੋਂ ਨਹੀਂ ਮਿਲਿਆ ਹਮਮ ਔਰ ਹੁਣ ਉਹ ਦੂਸਰੇ OTT ਪਲੇਟਫਾਰਮ ਦੇ ਉੱਤੇ ਬਹੁਤ ਹੀ ਜ਼ਿਆਦਾ ਵੇਖੀ ਜਾ ਰਹੀ ਹੈ ਸਰੋਂ ਫਿਲਮ ਆਏ ਬਿਲਕੁਲ ਹਾਂ ਜੀ ਇਹ ਮੈਨੂੰ ਬਿਲਕੁਲ ਨਹੀਂ ਸਮਝ ਆਉਂਦੀ ਕਈ ਫਿਲਮਾਂ ਜਿਹੜੀਆਂ ਜਿਹੜੀਆਂ ਮਤਲਬ ਥੀਏਟਰ ਦੇ ਵਿੱਚ ਉਹਨਾਂ ਅੱਛਰ ਰਿਸਪੌਂਸ ਨਹੀਂ ਮਿਲਿਆ ਜੀ ਲੇਕਿਨ ਦੂਸਰੇ ਪਲੈਟਫਾਰਮ ਦੇ ਉੱਤੇ ਬਹੁਤ ਹੀ ਜ਼ਿਆਦਾ ਉਹ ਵੇਖੀਆਂ ਜਾ ਰਹੀਆਂ ਸੋ ਕੀ ਜਾਂ ਤੇ ਸਾਡੇ ਲੋਕ ਮੁਕਤ ਹੋ ਰਹੇ ਹੋ ਗਏ ਜਾਂ ਸਿਨੇਮਾ ਜ਼ਿਆਦਾ ਮਹਿੰਗਾ ਹੋ ਗਿਆ ਇਹ ਨਹੀਂ ਗੱਲ ਮੇਰੇ ਸਮਝ ਆਉਂਦੀ ਜਾਂ ਮਹਿੰਗਾ ਹੋ ਗਿਆ ਜਾਂ ਸਿਨੇਮਾ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਨਹੀਂ ਜ਼ਿਆਦਾ ਹੋ ਗਿਆ ਤੇ ਫਿਰ ਉਹ ਚੀਜ਼ ਬਹੁਤੀ ਵਾਰ ਨਾਨਾ ਵੇਚੀ ਜਾਵੇ ਇਹ ਵੀ ਗੱਲ ਸਹੀ ਹੈ ਜ਼ਿਆਦਾ ਸਿਰਫ ਹੋਣ ਦੀ ਗੱਲ ਨਹੀਂ ਲੋਕ ਉਧਰ ਨੂੰ ਜਾਣਾ ਹੀ ਨਹੀਂ ਚਾਹੁੰਦੇ ਹਾਂ ਪਤਾ ਨਹੀਂ ਥੋੜੀ ਜਿਹਾ ਨਾ ਉਦਾਸ ਹੋ ਗਏ ਜੋ ਚਾਹੁੰਦੇ ਉਹ ਨਹੀਂ ਮਿਲ ਰਿਹਾ ਜਾਂ ਇੰਟਰਨੈਟ ਦੀ وجہ ਨਾਲ ਜਿਹੜਾ ਇੰਟਰਨੈਸ਼ਨਲ ਐਕਸਪੋਜ਼ਰ ਹੈ ਲੋਕਾਂ ਨੂੰ ਡਬਡ ਫਿਲਮਾਂ ਸਬਟਾਈਟਲ ਫਿਲਮਾਂ ਇਹਨਾਂ ਕੁਝ ਦੇਖਣ ਵਾਸਤੇ ਆ ਕਿ ਉਹ ਮਤਲਬ ਸਿਨੇਮੇ ਦੇ ਟਾਈਮ ਮੁਤਾਬਕ ਆਪਣੇ 2 ਸਵਾ 2 ਘੰਟੇ 2.5 ਘੰਟੇ ਕੱਢਣਾ ਜਿਹੜਾ ਨਾ ਉਦੇ ਨਾਲੋਂ ਆਪਣੀ ਮਰਜ਼ੀ ਮੁਤਾਬਕ ਵੇਖ ਲੈਣਾ ਜ਼ਿਆਦਾ ਸੰਦਖੜਾ ਹਾਂਜੀ ਹਾਂਜੀ ਤੁਹਾਨੂੰ ਲੱਗਿਆ ਸਿੱਧੂ ਤੇ ਜਾਨ ਤੋਂ ਬਾਅਦ ਫਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਦਾ ਚਲੋ ਮੰਨੇ ਹੀ ਮੰਨਿਆ ਫਿਲਮ ਇੰਡਸਟਰੀ ਤੇ ਵੀ ਕੋਈ ਥੋੜਾ ਬਹੁਤਾ ਅਸਰ ਹੋਇਆ ਲੱਗਦਾ ਪਿਛਲੇ 2 ਟਾਈਮ ਹੀਨ ਤੋਂ ਕੋਈ ਜ਼ਿਆਦਾ ਫਿਲਮ ਚੱਲ ਨਹੀਂ ਰਹੀ ਉਹ ਤਾਂ ਪੋਸਟ ਮੂਸਾ ਇਫੈਕਟ ਕਹਿ ਲਓ ਜਾਂ ਪਤਾ ਨਹੀਂ ਆਡੀਅנס ਥੋੜੀ ਉਦਾਸ ਜੀ ਹੈ ਜੀ ਜੋ ਚਾਉਂਦੀ ਉਹ ਨਹੀਂ ਮਿਲੀ ਸੌਂਕਣ ਸੌਂਕਣੇ ਇੱਕ ਫਿਲਮ ਚੱਲੀ ਆ ਉਹ ਪਿਛਲੇ ਦਿਨਾਂ ਦੇ ਵਿੱਚ ਔਰ ਨਿਮੇਸਾ ਸਕੁਟਰੀ ਨੂੰ ਵੀ ਰਿਸਪੌਂਸ ਮਿਲਿਆ ਬਾਕੀ ਫਿਲਮਾਂ ਨੂੰ ਕੋਈ ਜ਼ਿਆਦਾ ਰਿਸਪੌਂਸ ਨਹੀਂ ਮਿਲਿਆ ਹੂੰ ਕੁਝ ਗੱਲ ਸਮਝ ਆ ਨਹੀਂ ਰਹੀ ਪੰਜਾਬੀ ਫਿਲਮਾਂ ਜਿਹੜੀਆਂ ਜ਼ਿਆਦਾ ਕਰਕੇ ਕਮੇਡੀ ਦੇ ਵਾਲੇ ਵਾਲੇ ਘੁੰਮ ਰਹੀਆਂ ਨੇ ਖਾਸ ਕਰਕੇ ਜਦੋਂ ਵੀ ਆਪਾਂ ਵੇਖਦੇ ਆ ਤੁਹਾਨੂੰ ਲੱਗਦਾ ਵੀ ਅਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਹੋਰ ਹਮਲਾ ਮਾਰਨ ਦੀ ਲੋੜ ਹੈ ਐਕਚੁਅਲੀ ਕਿਤੇ ਜਾ ਕੇ ਸਪਲਾਈ ਐਂਡ ਡਿਮਾਂਡ ਵਾਲੀ ਗੱਲ ਹੀ ਆ ਜਾਂਦੀ ਆ ਅ ਜਿਸ ਦਾ ਰਿਸਪੌਂਸ ਆਡੀਅנס ਦਾ ਹੋਏਗਾ ਉਹ ਦੇ ਮੁਤਾਬਕ ਹੀ ਪ੍ਰੋਡਿਊਸਰ ਫਿਲਮਾਂ ਬਣਾਉਣਗੇ ਬਹੁਤ ਜ਼ਿਆਦਾ ਪੈਸਾ ਪੰਜਾਬੀ ਫਿਲਮਾਂ ਵਿੱਚ ਰਿਟਰਨ ਹੈ ਨਹੀਂ ਛੋਟਾ ਦਾਇਰਾ ਇਹਦਾ ਜੀ ਤੇ ਹਰ ਕੋਈ ਸੇਫ ਪਲੇ ਕਰਨਾ ਚਾਹੁੰਦਾ ਕਿ ਮੇਰਾ ਘੱਟੋ ਘੱਟ ਜੀ ਲਾਗਤ ਆ ਉਹ ਬਚਣੀ ਚਾਹੀਦੀ ਆ ਉਹ ਲਾਗਤ ਬਚਾਉਣ ਦੇ ਚੱਕਰ ਦੇ ਵਿੱਚ ਅਸੀਂ ਮਤਲਬ ਉਹ ਸੇਫ ਖੇਡਣ ਦੇ ਚੱਕਰ ਚ ਨਾ ਕਿਤੇ ਜਾ ਕੇ ਰਿਸਕ ਨਹੀਂ ਲੈਂਦੇ ਹਮਮ ਅਲੱਗ ਤਰ੍ਹਾਂ ਦੇ ਸਬਜੈਕਟ ਨਹੀਂ ਆ ਰਹੇ ਜੀ 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 ਰਾਤੀ ਇੱਕ ਫਿਲਮ ਦੇਖੀ ਯਲਵਾ ਜੂ ਇਨਕਲੇਵ ਜੀ ਤੇ ਪਤਾ ਨਹੀਂ ਜਿਆਦਾ ਕਿਉਂ ਆਸ ਨਹੀਂ ਲਾਉਂਦੀ ਪਤਾ ਨਹੀਂ ਕੀ ਇਹਦੇ ਵਿੱਚ ਹੋਣਾ ਠੀਕ ਚਾ ਠੀਕ ਦੇਖਦੇ ਆ ਆਪਣੇ ਬੰਦਿਆਂ ਦੀ ਫਿਲਮ ਹੈਗੀ ਗੱਬਰ ਪ੍ਰੋਡਿਊਸਰ ਸੀਗਾ ਜੀ ਤੇ ਜਦੋਂ ਤੱਕ ਜ਼ੀਰੋ ਮੰਨ ਕੇ ਚੱਲਦੇ ਨੇ ਕਿਸੇ ਚੀਜ਼ ਨੂੰ ਤੇ ਫਿਰ ਜਿੰਨਾ ਕੁਝ ਵੀ ਹੁੰਦਾ ਉਹ ਤੋਂ ਵਿੱਚ ਆਈ ਡੀ ਹੁੰਦਾ ਜਿਆਦਾ ਔਰ ਮੈਨੂੰ ਫਿਲਮ ਬਹੁਤ ਅੱਛੀ ਲੱਗੀ ਅੱਛਾ ਲਾਕਡਾਊਨ ਦੇ ਦੌਰਾਨ ਉਹ ਫਿਲਮ ਦੇ ਵਿੱਚ ਦੋ ਕਰੈਕਟਰ ਆਪਸ ਵਿੱਚ ਪਸੰਦ ਆ ਮੋਬਾਈਲ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਬਹੁਤ ਹੀ ਮਤਲਬ ਜ਼ਿੰਦਗੀ ਨਾਲ ਜੁੜੀ ਫਿਲਮ ਲੱਗੀ ਜੀ ਉਹ ਥੋੜੀ ਜਿਹਾ ਰਿਸਕੀ ਵੀ ਸੀਗਾ ਕੰਮ ਸ਼ਿਆਦ ਥੀਟਰ ਵਿੱਚ ਬਹੁਤ ਜ਼ਿਆਦਾ ਅੱਛਾ ਨਾਮ ਹੀ ਮਿਲਿਆ ਹੋਵੇ ਇਹਨੂੰ ਜੀ ਜੀ ਲੇਕਿਨ ਤੁਸੀਂ ਇਸ ਫਿਲਮ ਨੂੰ ਵੇਖਣਾ ਜਦੋਂ ਵੇਖੋਗੇ ਤੇ ਪਸੰਦ ਕਰੋਗੇ ਇਸ ਫਿਲਮ ਨੂੰ ਅੱਛਾ ਤੇ ਅਸੀਂ ਸਿਰਫ ਕੀਵਰਾ ਕਹਿੰਦੇ ਜੀ ਇਹਦੇ ਵਿੱਚ ਪੰਜਾਬੀ ਨਹੀਂ ਇਹਦੇ ਚ ਪੰਜਾਬੀਅਤ ਨਹੀਂ ਉਹਦੇ ਵਿੱਚ ਇੱਕ ਕੈਰੈਕਟਰ ਦਿੱਲੀ ਦਾ ਉਹ ਹਿੰਦੀ ਬੋਲ ਰਿਹਾ ਦੂਜਾ ਜਿਹੜਾ ਪੰਜਾਬੀ ਵਾਲੇ ਉਹ ਪੰਜਾਬੀ ਬੋਲ ਰਿਹਾ ਦੇਸੀ ਬੰਦਾ ਗਿੱਦੜਬਾਏ ਤੋਂ ਆਇਆ ਉਹ ਆਪਣੇ ਆਪਣੇ ਹਿਸਾਬ ਨਾਲ ਲੱਗਾ ਵਾ ਤੇ ਹਰ ਹਰ ਚੀਜ਼ ਨੂੰ ਅਸੀਂ ਜੇ ਪੰਜਾਬ ਪੰਜਾਬੀ ਪੰਜਾਬੀਅਤ ਦੇ ਉੱਤੇ ਤੁਲਨਾ ਸ਼ੁਰੂ ਕਰ ਦਵਾਂਗੇ ਤੇ ਸਾਡਾ ਸਿਨੇਮਾ ਜਿਹੜਾ ਨਾ ਉਹ ਰੁਕ ਜਾਏਗਾ ਬਿਲਕੁਲ ਪੰਜਾਬੀ ਇੱਕ ਲੈਂਗੁਏਜ ਆ ਉਹਦੀ ਆਪਣੀ ਇੱਕ ਐਕਸਪ੍ਰੈਸ ਕਰਨ ਦੀ ਮਤਲਬ ਉਹਦਾ ਦਾਇਰਾ ਬਿਲਕੁਲ ਸਿਨੇਮਾ ਜਿਹੜਾ ਉਹ ਉਹ ਉਹਦਾ ਉਹਦੀਆਂ ਆਪਣੀਆਂ ਇੱਕ ਹੱਦਾਵਾਂਆਂ ਵੀ ਆ ਬਿਲਕੁਲ ਉਹਦੇ ਵਿੱਚ ਇਸ ਲੈਂਗੁਏਜ ਤੋਂ ਨੂੰ ਮਿਲਾ ਕੇ ਅਸੀਂ ਇੰਟਰਨੈਸ਼ਨਲ ਸਬਜੈਕਟ ਬਣਾਈਏ ਨਾ ਕਿ ਸਿਰਫ ਇਹ ਕਿ ਪੰਜਾਬੀ ਤੇ ਹੀ ਬੰਨਦੀ ਵਟਾ ਵੱਡਣ ਵਾਲੀਆਂ ਹੀ ਗੱਲਾਂ ਦੇ ਉੱਤੇ ਝਗੜੀ ਜੀ ਨਹੀਂ ਸਿਨੇਮਾ ਐਜ਼ ਅ ਹੋਲ ਜਿਹੜਾ ਉਹ ਸਾਰਿਆਂ ਦੇ ਵੱਡੇ ਵੱਡੇ ਦਾਇਰੇ ਵਾਲਾ ਬਣੇ ਜਿਹਦੇ ਵਿੱਚ ਲੈਂਗੁਏਜ ਸਾਡੀ ਜਿਹੜੀ ਉਹ ਪ੍ਰੋਮਿਨੈਂਟ ਔਰ ਪ੍ਰੋਪਰ ਹੋਣੀ ਚਾਹੀਦੀ ਹੈ ਜੀ ਬਾਕੀ ਸਿਰਫ ਪੰਜਾਬ ਦੀ ਗੱਲਾਂ ਹੋਵੇ ਸਿਨੇਮੇ ਦੀ ਗੱਲ ਦੁਨੀਆ ਦੀ ਗੱਲ ਸਾਰੇ ਮੇਰਾ ਖਿਆਲ ਹੈ ਅਸੀਂ ਇਹ ਤੋਂ ਥੋੜਾ ਹੋਰ ਉੱਪਰ ਲਿਜਾ ਆਏ ਹੋਗੇ ਕੁਦਰ ਸਾਹਿਬ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਦੌਰ ਚੱਲਿਆ ਸੀ ਯੋਗਰਾਜ ਜੀ ਗੁੱਗੂ ਗਿੱਲ ਜੀ ਤੇ ਬੰਬੇ ਤੋਂ ਆਉਂਦੇ ਆ ਵਿਰਿੰਦਰ ਜੀ ਇੱਥੇ ਉਹ ਵੀ ਇੱਥੇ ਸ਼ੁਰੂਆਤ ਕਰਦੇ ਆ ਉਹ ਫਿਲਮਾਂ ਦੇ ਦੌਰ ਨੂੰ ਤੁਸੀਂ ਉਸ ਸਮੇਂ ਦੇ ਦੌਰ ਨੂੰ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਨੂੰ ਕਿਵੇਂ ਵੇਖਦੇ ਹੋ ਉੱਥੇ ਬੈਠੇ ਜਾਂ ਸੋਚਦੇ ਹੁੰਦੇ ਸੀ ਵੇਖਦੇ ਹੁੰਦੇ ਸੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਇਹ ਆ ਕਿ ਉਹਨਾਂ ਨੇ ਜਿਹੜੀ ਪੁਰਾਣੀ ਮੇਕਿੰਗ ਸੀ ਨਾ ਉਹਨੂੰ ਮਤਲਬ ਘਰਾਂ ਚੋਂ ਕੱਢ ਕੇ ਖੇਤਾਂ ਚ ਲੈ ਆਏ ਔਰ ਉਹ ਆਮ ਆਦਮੀ ਜਿਹੜਾ ਉਹ ਬੜੀ ਆਸਾਨੀ ਨਾਲ ਉਹਨਾਂ ਨਾਲ ਜੁੜਦਾ ਹਾਲਾਂਕਿ ਬਹੁਤ ਲਾਊਡ ਫਿਲਮ ਮੇਕਿੰਗ ਸੀਗੀ ਪਾਕਿਸਤਾਨੀ ਫਿਲਮਾਂ ਤੋਂ ਪ੍ਰਭਾਵੇ ਸੀਗੀ ਲੇਕਿਨ ਆਮ ਆਦਮੀ ਦੇ ਲਾਗੇ ਪਹੁੰਚਣਾ ਆਮ ਆਦਮੀ ਦੀਆਂ ਕਹਾਣੀਆਂ ਮਤਲਬ ਲੋਕਾਂ ਲੋਕਾਂ ਦੇ ਵਿੱਚ ਉਸ ਚੀਜ਼ ਨਾਲ ਉਹ ਲੋਕਾਂ ਨਾਲ ਛੇਤੀ ਜੁੜ ਸਕੇ ਇਹ ਬਹੁਤ ਵੱਡਾ ਯੋਗਦਾਨ ਹੈ ਉਸ ਪੀਰੀਅਡ ਦਾ ਇਹ ਹਾਲਾਂਕਿ ਮਤਲਬ ਅਸੇ ਫਿਲਮ ਕਿਸੇ ਨੂੰ ਆਪਾਂ ਕਹੀਏ ਕਿ ਬਹੁਤ ਮਹਾਨ ਕੰਮ ਹੋਇਆ ਉਹ ਜਾਂ ਭਾਵੇਂ ਨਹੀਂ ਵੀ ਹੋਇਆ ਜੀ ਲੇਕਿਨ ਲੋਕਾਂ ਨਾਲ ਜੁੜਨ ਵਾਲੀ ਜਿਹੜੀ ਗੱਲ ਐ ਕਿ ਬਹੁਤ ਵੱਡੀ ਗੱਲ ਐ ਹਮ ਗਿਣੀਆਂ ਚੁਣੀਆਂ ਅੱਛੀਆਂ ਫਿਲਮਾਂਆਂ ਉਹਨਾਂ ਦਰਾਂ ਬਣੀਆਂ ਵਾਂ ਲੇਕਿਨ ਆਮ ਤੌਰ ਤੇ ਇੱਕੋ ਤਰ੍ਹਾਂ ਦੀਆਂ ਫਿਲਮਾਂ ਹੋ ਬੰਬਈ ਦੇ ਵਿੱਚ ਜਦੋਂ ਜਾਣੇ ਉਹ ਮੈਂ ਉੱਥੇ ਫੇਰ ਜਾਣਾ ਉਸੇ ਪੁਰਾਣੀ ਗੱਲ ਤੇ ਪਹਿਲੀ ਫਿਲਮ ਮਿਲ ਗਈ ਐ ਬੰਦਾ ਹੱਥ ਪੱਲੇ ਮਾਰਦਾ ਵੀ ਮੈਨੂੰ ਕੰਮ ਮਿਲੇ ਅੱਗੇ ਵੀ ਜਾਰੀ ਰੱਖਣਾ ਹੁੰਦਾ ਕਦੇ ਉੱਥੇ ਰਹਿੰਦਿਆਂ ਮਹਾਵੀਰ ਭੁੱਲਰ ਨੂੰ ਮਹਿਸੂਸ ਹੋਇਆ ਵੀ ਯਾਰ ਅਗਲਾ ਕੰਮ ਕਿਵੇਂ ਲਾ ਮੰਗੀ ਸੰਘਰਸ਼ ਨੂੰ ਇਹ ਨਹੀਂ 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 ਸਗੋਂ ਆਨ ਦਾ ਕੰਟਰੀ ਇਹ ਤਰ੍ਹਾਂ ਹੋਇਆ ਕਿ ਉਹ ਇੱਕ ਉਹਨਾਂ ਜ਼ਮਾਨੇ ਚ ਕੀ ਹੁੰਦਾ ਹੈ ਕਿ ਫੋਟੋਗ੍ਰਾਫ ਉਹਨਾਂ ਦੇ ਪਿੱਛੇ ਜੋ ਕੁਝ ਵੀ ਤੁਹਾਡਾ ਕੰਮ ਕੀਤਾ ਆ ਜਾਂ ਤੁਹਾਡੀ ਕੁਆਲਿਫੀਕੇਸ਼ਨ ਉਹ ਲਿਖ ਕੇ ਤੇ ਜਾ ਕੇ ਆਪਣਾ ਫੋਨ ਨੰਬਰ ਕੰਟੈਕਟ ਨੰਬਰ ਉਹ ਦੇ ਦੇਣਾ ਜੀ ਤੁਹਾ ਇੱਕ ਰੁਟੀਨ ਬਣਾਉਂਦੇ ਹੋ ਅੱਜ ਫਲਾਣੇ ਨੂੰ ਮਿਲਣਾ ਫਲਾਣੇ ਨੂੰ ਮਿਲਣਾ ਫਲਾਣੇ ਤੇ ਕਈ ਨਾ ਵਿੱਚੋਂ ਸ਼ੂਟ ਹੋ ਗਿਆ ਤੁਹਾਡਾ ਮਤਲਬ ਫਿਕਸ ਹੋ ਗਿਆ ਕਿ ਇਹਦੀ ਸ਼ੂਟਿੰਗ ਹੈ ਜੀ ਤੇ ਇਸ ਤਰ੍ਹਾਂ ਉਹਨਾਂ ਯਾਰ ਅੱਜ ਫਲਾਣੇ ਤੇ ਫਲਾਣੇ ਨੂੰ ਮਿਲਣਾ ਹੈ ਉਹ ਤਾਂ ਰਹਿ ਜਾਣਾ ਜਿਤਨਾ ਉਹ ਜ਼ਿਆਦਾ ਇੰਪੋਰਟੈਂਟ ਹੋਵੇ ਜੀ ਏ ਬਾਕੀ ਨਵਾਂ ਨਵਾਂ ਦੂਰਦਰਸ਼ਨ ਦਾ ਕੰਮ ਥੋੜਾ ਸ਼ੁਰੂ ਹੋ ਗਿਆ ਸੀਗਾ ਤੇ ਬਾਕੀ ਐਨਐਸਡੀ ਦੀ ਕਰ ਰੈਫਰੈਂਸ ਦੇ ਵਿੱਚ ਜਿਹਦੇ ਕੋ ਵੀ ਜਾਓ ਮਿਲਣ ਵਾਸਤੇ ਗੱਲ ਸੁਣਦਾ ਸੀ ਉਹ ਮੇਰੇ ਖਿਆਲ ਐਨਐਸਡੀ ਦਾ ਤੁਹਾਨੂੰ ਬਹੁਤ ਜ਼ਿਆਦਾ ਜੀ 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 ਬੜਾ ਇਹ ਅਗਲੇ ਕਾਨਫੀਡੈਂਸ ਤੱਕ ਬੰਦਰ 3 ਲੱਖ 3 ਸਾਲ ਲਾ ਕੇ ਆਇਆ ਵਾ ਤੇ ਨਿਰਾਸ਼ ਨਹੀਂ ਕਰੂਗਾ ਕੰਮ ਮੇਰੇ ਤਰਫ ਫੌਰੀ ਮਿਲਦਾ ਕਿ ਬਹੁਤ ਜ਼ਿਆਦਾ ਕਾਲ ਨਹੀਂ ਸੀ ਬੇਹੋਈ ਸੀ ਕਿ ਕੋਣ ਇੱਥੇ ਰਿਕੇ ਹੋਈ ਕੰਮ ਕਰਨਾ ਹਰਮ ਖਰਮ ਕੀ ਕਰਦੇ ਰਹੇ ਪੰਜਾਬ ਆ ਗਈ ਪੰਜਾਬ ਆ ਕੇ ਉਹ ਲਾਈਫ ਨੂੰ ਜਿਉਇਆ ਉਹਨਾਂ ਅਲੱਗ-ਅਲੱਗ ਫਿਲਮਾਂ ਦੇ ਵਿੱਚ ਕੰਮ ਕੀਤਾ ਬੜੇ-ਬੜੇ ਬਖੂਬੀ ਰੋਲ ਨਿਭਾਏ ਫਿਰ ਇੱਥੇ ਆ ਕੇ ਪੰਜਾਬ ਦਾ ਉਹੀ ਕਿਸਾਨੀ ਕੀਤਾ ਜਿਹੜਾ ਆਪਣਾ ਜੱਦੀ ਪੁਸ਼ਤੀ ਹੈ ਪਸ਼ੂ ਡੰਗਰ ਵਾਲਾ ਸਾਰਾ ਕੁਝ ਖੋਦ ਕਰੀ ਜਾ ਰਹੇ ਹਾਂ ਖੋਦੀ ਨਿਵਾ ਰਹੇ ਹਾਂ ਨਹੀਂ ਤਾਂ ਜਿਵੇਂ ਮੈਂ ਸ਼ੁਰੂਆਤੀ ਦੌਰ ਕੀਤੀ ਸੀ ਇਸ ਗੱਲਬਾਤ ਨੂੰ ਮੈਂ ਇੱਥੇ ਸਮੇਟ ਰਿਹਾ ਮੈਂ ਆ ਕੇ ਗੱਲ ਕੀਤੀ ਸੀ ਕਿ ਬੌਂਸਰ ਨਹੀਂ ਦਿਖ ਰਹੀ ਸਾਰਾ ਕੁਝ ਤੁਸੀਂ ਹੱਥੀ ਕਰ ਲੈਂਦੇ ਹੋ ਇਹਨਾਂ ਆਪਣੇ ਆਪ ਦੇ ਵਿੱਚ ਕਿਵੇਂ ਭਰਿਆ ਹੋਇਆ ਹੈ ਸ਼ਖਸੀਅਤ ਮੈਂ ਇਤੋਂ ਕੰਮ ਕਰਦਾ ਹੀ ਗਿਆ ਸੀਗਾ ਇਸ ਕਰਕੇ ਕੋਈ ਮੈਂ 25 ਸਾਲ ਬਾਅਦ ਰਿਆ ਹਾਂ ਜੀ ਜਦੋਂ ਆਇਆ ਸਭੋ ਲੋਕ ਥੋੜਾ ਜਿਹਾ ਇਹਨਾਂ ਵੀ ਵੀ ਇੰਨੇ ਸਾਲ ਕੰਮ ਛੱਡੇ ਨੂੰ ਹੋ ਗਏ ਕਿ ਕੰਮ ਕਿਸ ਤਾਂ ਸੰਭਾਲੇਗਾ ਲੇਕਿਨ ਮੈਂ ਆਪਣੇ ਆਪ ਨੂੰ ਰੀਰੂਟ ਕਰਨਾ ਸੀ ਕਿਉਂਕਿ ਆਮ ਹੀ ਲੋਕਾਂ ਚ ਹੁੰਦਾ ਵੀ ਯਾਰ ਬੰਬੇ ਤੋਂ ਆਇਆ ਤੇ ਆ ਕੇ ਫੇਰ ਮੱਜਾਂ ਜੀ ਜੀ ਰੀਹਬਿਲਿਟੀਸ਼ਨ ਦਾ ਹਿੱਸਾ ਸੀ ਕਿ ਦੁਬਾਰਾ ਆਪਣੇ ਆਪ ਨੂੰ ਇੱਥੇ ਸਾਬਤ ਕਰਨਾ ਸੀ ਇਸ ਕਰਕੇ ਮੇਰੇ ਵਾਸਤੇ ਕੋਈ ਦਿੱਕਤ ਨਹੀਂ ਸੀ ਮੈਂ ਬਹੁਤ ਆਪਣੇ ਆਪ ਨੂੰ ਇਨਵੋਲ ਕਰ ਲਿਆ ਕੰਮ ਦੇ ਵਿੱਚ ਜਿੱਥੇ ਪਹਿਲਾਂ ਦੱਸਿਆ ਸਤਾਰਨ 18 ਘੰਟੇ ਕੰ ਕੱਲ੍ਹ ਆਸੀਂ ਡੇਲੀ ਤੇ ਕੋਈ ਦਿੱਕਤ ਨਹੀਂ ਹੋਈ। ਸੁਪੂਲਰ ਸਾਹਿਬ ਬਹੁਤ ਸਾਰੀਆਂ ਯਾਦਾਂ ਕੱਲਾਂ ਤੁਹਾਡੀ ਫਿਲਮ ਦੀ ਦੁਨੀਆ ਬਾਰੇ ਤੁਹਾਡੀ ਜ਼ਿੰਦਗੀ ਬਾਰੇ ਕੀਤੀ ਅੱਜ ਤੁਸੀਂ ਡੇਲੀ ਵਾਈਜ਼ ਦੇ ਦਰਸ਼ਕਾਂ ਦੇ ਰੂਬਰੂ ਹੋਏ। ਕਦੇ ਫੇਰ ਸਮਾਂ ਮਿਲਿਆ ਫੇਰ ਜੁੜ ਬੈਠਾਂਗੇ। ਅੱਜ ਲਈ ਇੰਨਾ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਹੈ ਜੀ। ਧੰਨਵਾਦ। ਸੋ ਦੋਸਤੋ ਇਹ ਸੀ ਸਾਡੀ ਗੱਲਬਾਤ ਮਹਾਵੀਰ ਪੁੱਲਰ ਜੀ ਹੋਰਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਉਸ ਦੌਰ ਦੇ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਦੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਆਪਣੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ। ਫਿਲਮ ਨਗਰੀ ਦੀਆਂ ਗੱਲਾਂ ਬਾਤਾਂ ਫਿਲਮਾਂ ਦੀਆਂ ਗੱਲਾਂ ਬਾਤਾਂ ਆਪਣੀ ਜ਼ਿੰਦਗੀ ਨੂੰ ਬਿਆਨ ਕੀਤਾ ਸਾਡੀ ਇਹ ਗੱਲਬਾਤ ਕਿਹੋ ਜਿਹੀ ਲੱਗੀ ਤੁਸੀਂ ਆਪਣਾ ਡੇਲੀ ਵਾਜ ਤੇ ਫੀਡਬੈਕ ਜ਼ਰੂਰ ਦੇਣਾ ਮੈਨੂੰ ਬਿੱਟੂ ਚੱਕ ਵਾਲੇ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ